ਦੇਖ ਰਹੇ ਹੋ ਜਸ ਟੀਵੀ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਬਠਿੰਡਾ 'ਚ ਕਨਵੈਨਸ਼ਨ ਹੋਈ ਤਾਂ ਦਿੱਲੀ ਤੱਕ ਟੈਂਸ਼ਨ ਹੋਈ। ਸਵਾਲ ਬਹੁਤ ਸਾਰੇ ਹੈਗੇ ਆ। ਬਠਿੰਡਾ ਦੇ ਵਿੱਚ 6 ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜ੍ਹੇ ਹੋਏ ਅਤੇ 6 ਮਤੇ ਉੱਤੇ ਪਾ ਦਿੱਤੇ ਗਏ। ਦਿੱਲੀ ਦੇ ਵਿੱਚ 13 ਵਿਧਾਇਕ ਦੱਸੇ ਗਏ ਅਤੇ ਉਹਨਾਂ ਵਿੱਚੋਂ ਕਿੰਨਿਆਂ ਨੇ ਬੈਠਕ ਕੀਤੀ ਅਤੇ ਕਿੰਨੇ ਜਿਹੜੇ ਚੁੱਪ ਰਹੇ, ਸਵਾਲ ਬਹੁਤ ਸਾਰੇ ਹੈਗੇ ਆ ਬੈਠਕ ਵਿੱਚ ਕੀ ਕੁਛ ਹੋਇਆ। ਪਰ ਇਸ ਸਭ ਦੇ ਵਿਚਾਲੇ ਜਦੋਂ ਅਸੀਂ 35 ਪੜ੍ਹਦੇ ਹਾਂ, 35 ਵਿੱਚ 2 ਅੱਖਰ ਆਉਂਦੇ ਆ, ਕੱਕਾ ਅਤੇ ਖੱਖਾ। ਕੱਕਾ ਕੇਜਰੀਵਾਲ ਅਤੇ ਖੱਖਾ ਖਹਿਰਾ। ਆਪ ਦਾ ਕੱਕਾ ਖੱਖਾ ਵਿਗੜ ਗਿਆ, ਇਸ 'ਤੇ ਚਰਚਾ ਕਰਾਂਗੇ। ਇਹ ਕੱਕਾ ਖੱਖਾ ਵਿਗੜਿਆ ਅਤੇ ਗੱਲਬਾਤ ਹੋਵੇਗੀ ਜਾਂ ਨਹੀਂ। ਆਪਦਾ ਕੱਕਾ ਖੱਖਾ ਵਿਗੜਿਆ ਅਤੇ ਅੱਜ ਬਹਿਸ ਕਿਉਂ ਕਰ ਰਹੇ ਹਾਂ? ਬਹਿਸ ਇਸ ਲਈ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ ਕਿ ਬਠਿੰਡਾ ਕਨਵੈਨਸ਼ਨ ਵਿੱਚ ਸੁਖਪਾਲ ਸਿੰਘ ਖਹਿਰਾ ਸਮੇਤ 7 ਵਿਧਾਇਕਾਂ ਨੇ ਹਾਜ਼ਰੀ ਭਰੀ। ਜੈਕਿਸ਼ਨ ਸਿੰਘ ਰੋੜੀ ਅਤੇ ਰੁਪਿੰਦਰ ਕੌਰ ਰੂਬੀ ਨੇ ਛੱਡਿਆ ਖਹਿਰੇ ਦਾ ਖਹਿੜਾ। ਇਹ ਉਹ ਹੈ ਵਿਧਾਇਕ ਜਿਹੜੇ ਪੀ ਸੀ ਵਿੱਚ ਸ਼ਾਮਲ ਸੀਗੇ ਜਦੋਂ ਇਹ ਐਲਾਨ ਕੀਤਾ ਗਿਆ ਸੀਗਾ ਟੁੱਟ ਭੱਜ ਦਾ, ਉਦੋਂ ਇਹ ਸ਼ਾਮਲ ਸੀਗੇ। ਇਹਨਾਂ ਨੇ ਸਾਥ ਛੱਡ ਦਿੱਤਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਕੀਤਾ ਗਿਆ। 6 ਮਤੇ ਪਾਸ ਕੀਤੇ ਕਿ ਬਠਿੰਡਾ ਕਨਵੈਨਸ਼ਨ ਦੀ ਗੱਲ ਹੋ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਨਵਾਂ ਫਰੰਟ ਬਣਾਉਣ ਦੇ ਸੰਕੇਤ ਦੇ ਦਿੱਤੇ ਆ ਅਤੇ ਕਿਹਾ ਹੈ ਕਿ ਕੇਜਰੀਵਾਲ ਪਲੇਟ 'ਚ ਪਾ ਕੇ ਦੇਵੇ ਉਹਦਾ ਤਾਂ ਵੀ ਮਨਜ਼ੂਰ ਨਹੀਂ ਹੈ। ਸੁਖਪਾਲ ਸਿੰਘ ਖਹਿਰਾ ਨੇ ਇਹ ਸਿੱਧੀ ਸਿੱਧੀ ਚੇਤਾਵਨੀ ਦਿੱਲੀ ਵਾਲਿਆਂ ਨੂੰ ਦਿੱਤੀ ਹੈ। ਪੰਜਾਬ ਦੇ ਆਪ ਵਿਧਾਇਕਾਂ ਦੀ ਦਿੱਲੀ 'ਚ ਹਾਈਕਮਾਨ ਨਾਲ ਬੈਠਕ ਹੋਈ ਹੈ, ਵਿਵਾਦ 'ਤੇ ਚਰਚਾ ਕੀਤੀ ਗਈ ਹੈ ਅਤੇ ਥੋੜ੍ਹੇ ਜਿਹੇ ਹਾਈਕਮਾਨ ਦੇ ਸੁਰ ਨਰਮ ਪੈਂਦੇ ਨਜ਼ਰ ਆ ਰਹੇ ਆ। ਬਠਿੰਡਾ ਕਨਵੈਨਸ਼ਨ 'ਚ ਗਏ ਵਿਧਾਇਕਾਂ 'ਤੇ ਕਾਰਵਾਈ ਨਹੀਂ ਹੋਵੇਗੀ। ਹਰਪਾਲ ਸਿੰਘ ਚੀਮਾ ਬੈਠਕ ਤੋਂ ਬਾਅਦ ਬਾਹਰ ਆ ਕੇ ਕਹਿੰਦੇ ਆ ਦਿੱਲੀ ਦੇ ਹਸਪਤਾਲ ਵਿੱਚ ਭਗਵੰਤ ਮਾਨ ਬਿਮਾਰ ਹੈ, ਕਹਿੰਦੇ ਸ਼ਿਕਾਇਤ ਹੈ ਉਹਨਾਂ ਨੂੰ ਢਿੱਡ ਦੇ ਵਿੱਚ, ਕੋਈ ਪੇਟ ਦੇ ਵਿੱਚ ਦਰਦ ਹੈ ਅਤੇ ਉਸ ਤੋਂ ਬਾਅਦ ਉਹਨੂੰ ਦਾਖਲ ਕਰਾਇਆ ਗਿਆ ਅਤੇ ਹੁਣ ਸਾਰੇ ਹਾਲ ਚਾਲ ਜਾਣਨ ਪਹੁੰਚਦੇ ਪਏ ਆ। ਪਹਿਲਾਂ ਕੇਜਰੀਵਾਲ ਸਾਹਿਬ ਹਰੀ ਗਏ ਅਤੇ ਹੁਣ ਆਪ ਵਿਧਾਇਕਾਂ ਦੇ ਨਾਲ ਨਾਲ ਜਿਹੜੇ ਆਪ ਵਿਧਾਇਕ ਦਿੱਲੀ ਗਏ ਹੋਏ ਸੀ ਉਹਨਾਂ ਨੇ ਹਾਲ ਚਾਲ ਪੁੱਛਿਆ ਅਤੇ ਡਾਕਟਰ ਗਾਂਧੀ ਵੀ ਉੱਥੇ ਮਿਲਣ ਪਹੁੰਚ ਗਏ। 13 ਅਗਸਤ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਪੰਜਾਬ ਫੇਰੀ ਹੈ। ਇਹ ਫੇਰੀ ਪਹਿਲਾਂ ਤੋਂ ਤੈਅ ਸੀ ਪਰ ਹੁਣ ਇਹ ਫੇਰੀ ਇਸ ਤਰੀਕੇ ਨਾਲ ਜੋੜੀ ਜਾ ਰਹੀ ਹੈ ਕਿ ਹੁਣ ਮੰਥਨ ਹੋਵੇਗਾ, ਗੱਲਬਾਤ ਹੋ ਸਕਦੀ ਹੈ। 5 ਤਸਵੀਰਾਂ ਤੋਂ ਦਿਖਾਉਂਦੇ ਹਾਂ। ਇਹਨਾਂ 5 ਤਸਵੀਰਾਂ ਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਵਕਤ ਮੌਜੂਦਾ ਸਥਿਤੀ ਹੈਗੀ ਤੁਹਾਨੂੰ ਸਮਝ ਆਵੇਗੀ। ਬਠਿੰਡਾ ਵਿੱਚ ਕਨਵੈਨਸ਼ਨ ਹੋਈ ਹੈ, ਤਸਵੀਰ ਤੁਸੀਂ ਦੇਖ ਰਹੇ ਹੋ। ਦਿੱਲੀ ਵਿੱਚ ਟੈਂਸ਼ਨ ਹੈ, ਤਸਵੀਰ ਉਹ ਵੀ ਤੁਹਾਡੇ ਸਾਹਮਣੇ ਹੈਗੀ ਹੈ। ਟੈਂਸ਼ਨ ਹੈ ਜਿਹੜੀ ਉਹ ਦਿਖ ਰਹੀ ਹੈ। ਪੰਜਾਬ ਸੂਬਾਈ ਇੰਚਾਰਜ ਜਿਹੜੇ ਪਾਰਟੀ ਦੇ ਮਨੀਸ਼ ਸਿਸੋਦੀਆ, ਡਾਕਟਰ ਬਲਵੀਰ ਸਿੰਘ, ਉਹ ਸਾਰੇ ਉੱਥੇ ਹਾਜ਼ਰ ਰਹੇ ਅਤੇ ਬਠਿੰਡਾ 7, ਦਿੱਲੀ 13, 20 MLA ਟੋਟਲ ਹੈਗੇ ਆ। ਅਤੇ ਤੁਸੀਂ ਦੇਖ ਸਕਦੇ ਹੋ ਕਿ ਬਠਿੰਡਾ ਦੇ ਵਿੱਚ 7 MLA ਸੁਖਪਾਲ ਸਿੰਘ ਖਹਿਰਾ ਸਨ, ਦਿੱਲੀ ਦੇ ਵਿੱਚ 13। HS ਫੁਲਕਾ ਸਾਹਿਬ ਦਾ ਪਤਾ ਨਹੀਂ ਕਿੱਥੇ ਹੈ, 12 ਤਾਂ ਉੱਥੇ ਹੈ ਹੀ ਸੀਗੇ ਅਤੇ ਖੈਰ ਫੁਲਕਾ ਸਾਹਿਬ ਰਹਿੰਦੇ ਦਿੱਲੀ ਹੈ। ਅਤੇ 4 MP ਪਹਿਲਾਂ ਹੀ ਵੰਡੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਡਾਕਟਰ ਗਾਂਧੀ ਉਹ ਪਾਰਟੀ ਦੀਆਂ ਗਤੀਵਿਧੀਆਂ 'ਚੋਂ ਬਾਹਰ ਹੈ, ਹਰਿੰਦਰ ਖਾਲਸਾ ਉਹ ਤਕਰੀਬਨ ਇੱਕ ਹੋਰ ਪਾਰਟੀ ਦੇ ਨਾਲ ਜਾਣ ਦੇ ਵਿੱਚ ਤਿਆਰੀ 'ਚ ਹੈ। ਉਹਨਾਂ ਨੂੰ ਉਦੋਂ ਟਿਕਟ ਦਾ ਵੀ ਔਫਰ ਕੀਤਾ ਗਿਆ, ਇਹ ਸੂਚਨਾਵਾਂ ਮਿਲ ਰਹੀਆਂ, ਜਦੋਂ ਖਬਰ ਪੁਖਤਾ ਹੋ ਜਾਏਗੀ ਉਹ ਵੀ ਦੱਸ ਦੂੰਗਾ। ਅਤੇ ਭਗਵੰਤ ਮਾਨ ਹੈ ਉਹ ਬਿਮਾਰ ਪਏ ਆ, ਤਸਵੀਰ ਤੁਸੀਂ ਦੇਖ ਰਹੇ ਹੋ। ਅਤੇ ਪ੍ਰੋਫੈਸਰ ਸਾਊਥ ਸਿੰਘ ਉਹ ਦਿੱਲੀ ਖੇਮੇ ਦੇ ਨਾਲ ਹੈ ਜਿਹੜੇ ਫਰੀਦਕੋਟ ਤੋਂ MP ਨੇ। ਅਤੇ ਵੱਡੀ ਤਸਵੀਰ ਹੈ ਸੁਖਪਾਲ ਸਿੰਘ ਖਹਿਰਾ ਬਾਕੀ ਹੋ ਗਿਆ ਅਤੇ ਆਮ ਆਦਮੀ ਪਾਰਟੀ ਹੈ ਉਸ ਦਾ ਮੌਜੂਦਾ ਜਿਹੜਾ ਢਾਂਚਾ ਹੈਗਾ ਪੰਜਾਬ ਦਾ ਉਹ ਅਸਤ ਵਿਅਸਤ ਹੋਇਆ ਪਿਆ, ਟੁੱਟ ਭੱਜ ਹੋਈ ਪਈ ਹੈ। ਬਠਿੰਡਾ ਕਨਵੈਨਸ਼ਨ, ਦਿੱਲੀ ਤੱਕ ਟੈਂਸ਼ਨ। 2 ਤਸਵੀਰਾਂ ਤੁਹਾਨੂੰ ਹੋਰ ਦਿਖਾਉਂਦੇ ਹਾਂ। ਇਹ 2 ਤਸਵੀਰਾਂ ਚੰਡੀਗੜ੍ਹ PC ਵਿੱਚ 9 ਵਿਧਾਇਕ ਸੀਗੇ, ਇਹ 9 ਵਿਧਾਇਕਾਂ ਦੀ ਤਸਵੀਰ ਹੈਗੀ ਤੁਹਾਡੇ ਸਾਹਮਣੇ। ਅਤੇ ਸੁਖਪਾਲ ਸਿੰਘ ਖਹਿਰਾ ਨੇ ਸ਼ੁੱਕਰਵਾਰ 27 ਜੁਲਾਈ ਦਾ ਉਹ ਦਿਨ ਸੀਗਾ ਅਤੇ ਵੀਰਵਾਰ 2 ਅਗਸਤ ਹੁੰਦਿਆਂ ਬਠਿੰਡਾ ਪਹੁੰਚੇ 7 ਵਿਧਾਇਕ। 2 ਵਿਧਾਇਕਾਂ ਨੇ ਪੱਲਾ ਛੱਡ ਦਿੱਤਾ। 7 ਦਿਨ ਵਿੱਚ ਸੁਖਪਾਲ ਤੋਂ ਕੌਣ ਦੂਰ, ਕੌਣ ਨਾਲ, ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ। ਸਵਾਲ ਇੱਕੋ ਹੀ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ ਕਿ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ ਵਿੱਚੋਂ ਦਿੱਲੀ ਆਪ ਨੂੰ ਕੀ ਸਮਝ ਆਇਆ? ਇਸੇ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਸਤਿੰਦਰ ਸਿੰਘ ਬਹਿਸ, ਸੀਨੀਅਰ ਪੱਤਰਕਾਰ ਨੇ, ਬਹਿਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। HS ਕਿੰਗਰਾ ਕਾਂਗਰਸ ਤੋਂ ਨੇ, ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ, ਜਗਵੀਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮਾਲਵਿੰਦਰ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਤੋਂ ਤੁਹਾਡਾ ਬਹੁਤ ਸਵਾਗਤ ਹੈ। ਸਤਵੀਰ ਵਾਲੀਆ, ਤੁਹਾਡੀ ਇਹ ਡਿਬੇਟ ਬੜੀ ਔਖੀ ਹੈ, ਤੁਸੀਂ ਆਏ ਹੋ, ਤੁਹਾਡਾ ਸਵਾਗਤ ਕਰਦੇ ਹਾਂ। ਵੈਸੇ ਤੁਹਾਡੇ ਕਈ ਜਿਹੜੇ ਸਾਥੀ ਹੈਗੇ ਉਹ ਇਸ ਡਿਬੇਟ ਵਿੱਚ ਸ਼ਾਮਿਲ ਹੀ ਨਹੀਂ ਹੋਣਾ ਚਾਹੁੰਦੇ ਸੀਗੇ। ਸਤਵੀਰ ਵਾਲੀਆ, ਪਹਿਲਾ ਸਵਾਲ ਤੁਹਾਨੂੰ ਹੀ ਕਰਨਾ ਚਾਹੁੰਦਾ। ਸਤਵੀਰ ਵਾਲੀਆ, ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ, ਸੁਖਪਾਲ ਸਿੰਘ ਖਹਿਰਾ ਦੇ ਸਾਥੀਆਂ ਨੇ ਉੱਥੇ ਐਲਾਨ ਕੀਤਾ ਸਾਰਾ ਜਥੇਬੰਦਕ ਢਾਂਚਾ ਭੰਗ ਹੈ, ਅਤੇ ਅੱਜ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਆਏ ਹੋ, ਜਾਂ ਤੁਹਾਨੂੰ ਵੈਸੇ ਹੀ ਮੈਂ ਸਮਝਾ ਵੀ ਇੱਕ ਬਾਗੀ ਧੜੇ ਦਾ ਬੰਦਾ ਹੈ ਜਾਂ ਦਿੱਲੀ ਆਪ ਦਾ, ਕਿਹੜਾ ਸਮਝਾ ਤੁਹਾਨੂੰ ਬੁਲਾ ਰਹਾ? ਦੇਖੋ, ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੈ, ਚਾਹੇ ਉਹ ਦਿੱਲੀ 'ਚ ਹੈ ਚਾਹੇ ਪੰਜਾਬ 'ਚ ਹੈ। ਮੋਰਓਵਰ ਮੇਰੇ ਥੱਲੇ ਜਿਹੜਾ ਲਿਖਿਆ ਜਾ ਰਿਹਾ ਸਤਵੀਰ ਵਾਲੀਆ ਦੇ ਨਾਲ ਆਪ ਲਿਖਿਆ ਜਾ ਰਿਹਾ, ਅਤੇ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ, ਇੱਕ ਵਫਾਦਾਰ ਸਿਪਾਹੀ ਹੈ। ਸੁਖਪਾਲ ਸਿੰਘ ਖਹਿਰੇ ਦੇ ਨਾਲ ਹੋ ਜਾਂ ਦਿੱਲੀ ਵਾਲੀ ਆਪ ਦੇ ਨਾਲ? ਦੇਖੋ, ਸੁਖਪਾਲ ਸਿੰਘ ਖਹਿਰੇ, ਮੈਂ ਉਹੀ ਗੱਲ ਕਰ ਰਿਹਾ, ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਸੀਗੀ ਵੀ ਆਪਣਾ ਇੱਕ ਮਤਾ ਪਾਸ ਹੋਇਆ, ਸਾਰੀ ਬਾਡੀਆਂ ਭੰਗ ਕਰ ਦਿੱਤੀਆਂ ਗਈਆਂ, ਅਤੇ ਮੈਂ ਬੜਾ
जिन्हों कह रहे हैं कि सशोपंच पिया होया है, चलो मैं खुद मुख्तारी तो शुरू कर दें, जो तुम मैं थोड़ा टाइम दो। खुद मुख्तारी का मुद्दा बार बार चकते रहे ने सुखपाल सिंह खहरा जी तो अपना कमर संधु जी, बार बार खुद मुख्तारी की गल करते रहे हैं। तो मैं ये जरूर पूछना चाहना है कि जदों खहरा साहब कांग्रेस चो आम आदमी पार्टी ने ज्वाइन की सी, तो उस टाइम भलत तो जिथे उन्हों का एरिया है उतों आम आदमी पार्टी के वर्कर्स ने बहुत काम किया, उतों भी जोड़े कंपीटेंट कैंडीडेट से। जदों पार्टी ने खहरा साहब को टिकट दी तो खहरा साहब का जमीर नहीं जागया, वो ईमानदारी उन्होंने नहीं दिखाई कि मैं एक पार्टी का ईमानदार सिपाही हाँ। पहला वलंटियर में पूछो, पहला वलंटियर तो जो कोई सियाना बंदा कोई पुराना बंदा है उन्होंने टिकट दो। सुखपाल सिंह खहरा की गलती सी कि तुहाडी गलती? मैं एक मिनट, मैं पहले कंप्लीट कर लूं। सुखबीर वाली नहीं, मैं कंप्लीट कर रहा। कंप्लीट तो तुसी करते रहोगे? नहीं नहीं, मैं वही दस रहा, ना बठिंडा रैली का मंच है ना दिल्ली रैली का मंच है। मेरा सवाल बड़ा सीधा, जो सुखपाल सिंह खहरा नूं तुसी लेके आए सी, तुसी टिकट दित्ती, तुसी क्यों नहीं सोचा हुण तुहानूं अज सुखपाल सिंह खहरा च नुक्स नजर आने लग पए? मैं सुखपाल सिंह खहरा की यह गल कर रहा है कि उन्हां नूं अज दिल्ली च नुक्स नजर आ रहे हैं और दिल्ली नूं कह रहे सानूं खुद मुख्तियारी दो। उस टाइम सुखपाल सिंह खहरा जी ने एक क्यों दिल्ली दी गल क्यों मन्नी? तुसीं दिल्ली धड़े की गल करोगे? मैं यही पहला सवाल तुहानूं कीता सीगा। देखो कोई दिल्ली धड़ा नहीं, कोई पंजाब धड़ा नहीं, आम आदमी पार्टी एक है, वह दिल्ली च यूनिट है, चाहे पंजाब च यूनिट है। हरेक पार्टी की सेंटर लीडरशिप होंदी है, वह साडी भी है। पंजाब की ऑर्गनाइजेशन स्ट्रक्चर हैगा, उन्होंने अहदेदारियां भी वंडियां, अहदेदारी दित्तियां जिन्हें काम किए। हुण मैं 2014 तो पार्टी ने जुड़िया होया, एमपी इलैक्शन भी काम किया, उसके बाद एमएलए इलैक्शन भी काम किया, दो तीन महीने मजिठे एरिया भी ला के अमृतसर भी लाए, जी तोड़ मेहनत की अपने प्रोफेशन नू, अपने कामां नू छड्ड के पार्टी के कामां च लगे। तो पार्टी ने सानू मीडिया पैनलिस्ट का अहुदा भी दिता, उससे सानू रिगार्ड भी दिता पार्टी ने। हुण जे तुसीं कह दिए भी सुखपाल खहरा जी कल आके कह देन कि मैं सारे अहुदे भंग करते, मैनू अहुदे दा लालच नहीं, मैं अहुदे दी गल नहीं करता। जे मैनू पार्टी अज कहिंदी अहुदा छड्ड के तू वलंटियर तेरा काम कर, मैं करूंगा। पर जे कोई थर्ड तीसरा बंदा अनऑथराइज कन्वेंशन च आके, जिन्हों पार्टी ने बिल्कुल निगलैक्ट किया कि यह कन्वेंशन अनऑथराइज हैगी, खहरा साहब ने खुद एडमिट किया अपनी स्पीच च। मैं शब्द फिर वर्तिया, मैं कंप्लीट कर रहा। फिर हाईकमान ने क्या सी कार्रवाई होगी? हो गया पिछाड़ के पहला मैं कंप्लीट कर रहा। खहरा साहब ने अपनी उस स्पीच कहा कि इतने अकाली दल के वर्कर ही बैठे ने, होर पार्टियां के वर्कर ही बैठे हैं, उन्होंने खुद एडमिट किया है। जे आम आदमी कल आम आदमी पार्टी की कन्वेंशन होंगी तो कल आम आदमी पार्टी के वर्कर होंगे, उस च लीडरशिप होंगी, तो उस च होर लोग होंगे। अनऑथराइज कह रहे हो सतबीर वाली, फिर हाईकमान पिछे को हट की कार्रवाई करो ना, हम तुम कहता भी कार्रवाई नहीं होगी? नो डर लग रहा पाया पंजाबी तो। वेट एंड वॉच हरपाल चीमा तो मना करके कदे कारवाई नहीं होगी? देखो बड़ी जिन्हों कहने हले दरबार साहब मत्था टेकन चले हां करो जी, वलंटियर तो मैं भी कहना जो कहता भी मैं अलग पार्टी बनाऊंगा, मैं उन्होंने भी यह चीज कहना चाहे कोई होए, मैं साफ कहना पहला अपने एमएलए शिप तो रिजाइन दे, रिजाइन दे के फिर उस तो बाद जो करना करे। क्यों इस पार्टी ने आम आदमी पार्टी टिकट से इलेक्शन लड़के एमएलए बने हैं या अहुदेदार बने हैं? मैं बाकी पार्टियां तो कोई गल नहीं करनी, मैं सब ज्यादा वक्त दे रहा। सुखपाल सिंह खहरा का कसूर किसी हटाया क्यों गया? देखो सुखपाल सिंह खहरा जी जी गल हुई है, ये पार्टी के इंटरनल मैटर्स भी होंगे। मोरओवर दो तीन इशू इदा के आए, जो ड्रग के केस की गल हुई उस टाइम पार्टी ने इशारा किया कि तुम स्टैप डाउन कर दो, पार्टी की बड़ी बदनामी होगी। उस टाइम उन्होंने स्टैप डाउन नहीं किया, उस तो बाद एक दो होर इदा के इशू हुए। मोरओवर पार्टी तो वे हो गए तो सुखपाल सिंह खहरा सामने नहीं गए? नहीं गल वो नहीं है। मोरओवर तुम ये गल कह रहे हो सुखबीर वाली ऑन रिकॉर्ड, तुम गल कह रहे हो कि सुखपाल सिंह खहरा गल क्या कही गई थी स्टैप डाउन कर जो, ये तुहाडा बयान है, तुसी हुणे गल कही है। मतलब सुखपाल सिंह खहरा ने तुहाडी पार्टी दे इंडिकेशन खिलाफ अड़े रहे, इंडिकेशन दिते गए सीगे, इंडिकेशन दिते गए सीगे, ते इस करके जो हुण होया
ਜੋ ਹੁਣ ਹੋਇਆ ਉਹ ਐਮਐਲਏ ਦੀ ਸਹਿਮਤੀ ਨਾਲ ਹੋਇਆ ਫਾਜ਼ਿਲਕਾ ਦਾ ਫਾਜ਼ਿਲਕਾ ਦੇ ਸੰਮਨ ਸੁਖਪਾਲ ਖਹਿਰਾ ਦੀ ਕੁਰਸੀ ਲੈ ਕੇ ਗਏ ਆ ਤੁਸੀਂ ਬਿਆਨ ਦੇ ਰਹੇ ਹੋ ਇਹ ਕੋਈ ਵੱਡੀ ਗੱਲ ਨਹੀਂ ਹੈ ਚਲੋ ਠੀਕ ਹੈ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਬਾਕੀ ਸਿਆਸੀ ਪਾਰਟੀਆਂ ਦਾ ਰੈਕਸ਼ਨ ਵੀ ਲੈਣਾ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਇਕਾਈ ਨੇ ਜਿਹੜਾ ਰੈਕਸ਼ਨ ਦੇਣਾ ਸੀਗਾ ਉਹ ਰੈਕਸ਼ਨ ਨੇ ਦਿੱਤਾ ਕਿ ਫਿਲਹਾਲ ਕਾਰਵਾਈ ਨਹੀਂ ਹੋਵੇਗੀ ਪਰ ਸਤਵੀਰ ਵਾਲੀ ਆਮ ਆਦਮੀ ਪਾਰਟੀ ਦੇ ਬੁਲਾਰੇ ਇੱਥੇ ਗੱਲ ਕਹਿ ਰਿਹਾ ਕਿ ਕਾਰਵਾਈ ਹੋ ਸਕਦੀ ਹੈ ਪਰ ਸਵਾਲ ਇਹ ਹੈਗਾ ਸੁਖਪਾਲ ਸਿੰਘ ਖਹਿਰਾ ਨੂੰ ਉਹਦੇ ਤੋਂ ਹਟਾਇਆ ਕਿਉਂ ਗਿਆ ਇਹ ਵਾਰ ਵਾਰ ਸਵਾਲ ਪੁੱਛਿਆ ਗਿਆ ਹੁਣ ਇਹ ਸਵਾਲ ਦਾ ਜਵਾਬ ਇਹ ਆ ਰਿਹਾ ਕਿ ਫਾਜ਼ਿਲਕਾ ਦੇ ਸੰਬੰਧ ਸੁਖਪਾਲ ਸਿੰਘ ਖਹਿਰਾ ਦੀ ਕੁਰਸੀ ਲੈ ਗਿਆ ਬ੍ਰੇਕ ਤੋਂ ਵਾਪਸ ਆ ਰਿਹਾ ਆਮ ਆਦਮੀ ਪਾਰਟੀ ਦਾ ਕਾ ਖਾ ਗਾ ਕਿਉਂ ਵਿਕ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ ਚੋਂ ਦਿੱਲੀ ਆਪ ਨੂੰ ਕੀ ਸਮਝ ਆਇਆ ਜੰਗਵੀਰ ਸਿੰਘ ਸਵਾਲ ਤੁਹਾਡੇ 'ਤੇ ਹੈ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੇ ਉੱਥੇ ਕਨਵੈਨਸ਼ਨ ਵਿੱਚ ਗੱਲ ਕਹੀ ਹੈ ਜੋ ਵਿਰੋਧੀ ਚਾਹੁੰਦੇ ਸੀ ਉਹੀ ਉਹਨਾਂ ਨੇ ਕੀਤਾ ਇਹ ਗੱਲ ਪਹਿਲਾਂ ਵੀ ਕਹੀ ਹੈ ਦੁਹਰਾਈ ਵੀ ਗਈ ਹੈ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਬੀਜੇਪੀ ਸਾਰੇ ਰਲੇ ਹੋਏ ਆ ਸਵਾਲ ਇੱਕੋ ਹੀ ਹੈ ਕਿ ਜਿਹੜਾ ਸਤਵੀਰ ਵਾਲੀਆਂ ਨੇ ਇੱਥੇ ਗੱਲ ਕਹੀ ਹੈ ਕਿ ਤੁਸੀਂ ਵਾਰ ਵਾਰ ਅਸਤੀਫੇ ਮੰਗਦੇ ਸੀਗੇ ਫਾਜ਼ਿਲਕਾ ਦੇ ਸੰਬੰਧ 'ਤੇ ਸਤਵੀਰ ਵਾਲੀਆਂ ਨੇ ਐਡਮਿਟ ਕੀਤਾ ਉਸੇ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਕੁਰਸੀ ਗਈ ਹੈ ਕਿਤੇ ਆਪਣਾ ਵਾਲੀਆ ਜੀ ਆਪਣੀ ਸਾਰੀ ਗੱਲਬਾਤ ਚ ਬਹੁਤ ਜ਼ਿਆਦਾ ਕੰਟਰਡਿਕਸ਼ਨਸ ਇਹਨਾਂ ਨੇ ਦਿੱਤੀਆਂ ਔਰ ਇਹ ਟਰੂਥਫੁਲ ਨਹੀਂ ਹੋਏ ਇਹਨਾਂ ਨੂੰ ਅੱਜ ਦਾ ਮੌਕਾ ਇਹਨਾਂ ਕੋਲ ਬਹੁਤ ਵਧੀਆ ਸੀ ਤੁਸੀਂ ਇਹਨਾਂ ਨੂੰ ਬੜਾ ਟਾਈਮ ਵੀ ਦਿੱਤਾ ਕਿ ਟਰੁੱਥਫੁੱਲੀ ਗੱਲ ਕਰਦੇ ਸਾਰੀ ਪਰ ਉਹ ਕਰ ਨਹੀਂ ਪਾਏ ਹੁਣ ਜਿਹੜੀ ਇਹਨਾਂ ਨੇ ਲੇਟੈਸਟ ਗੱਲ ਕੀਤੀ ਜਿਹੜੀ ਤੁਸੀਂ ਵੀ ਕਹਿ ਰਹੇ ਹੋ ਕਿ ਫਾਜ਼ਿਲਕਾ ਕੋਰਟ ਨੇ ਜਦੋਂ ਡਰੱਗ ਕੇਸ 'ਚ ਸਮਨ ਕੀਤਾ ਸੀਗਾ ਉਹ ਇੱਕ ਅਹਿਮ ਰੀਜ਼ਨ ਸੀ ਸੁਖਪਾਲ ਖਹਿਰਾ ਜੀ ਨੂੰ ਜਿਹੜਾ ਐਕਸ਼ਨ ਲਿਆ ਉਹਨਾਂ ਨੂੰ ਐਲ ਓ ਪੀ ਦੇ ਪਦ ਤੋਂ ਅਸਤੀਫਾ ਮੰਗਿਆ ਹੁਣ ਗੱਲ ਇਹ ਹੈ ਸਤਵੀਰ ਵਾਲੀਆ ਜੀ ਮੇਰੇ ਨਾਲ ਕਈ ਪੈਨਲ 'ਚ ਇਹਨਾਂ ਡਿਬੇਟ ਕੀਤਾ ਇਹਨਾਂ ਦੇ ਸਾਥੀ ਜਸਤੇਜ ਜੀ ਹੋਰ ਸਾਰੇ ਇਹਨਾਂ ਨੇ ਵਹਿਮੈਂਟਲੀ ਸੁਖਪਾਲ ਖਹਿਰਾ ਨੂੰ ਸਪੋਰਟ ਕੀਤਾ ਇਸ ਕੇਸ 'ਤੇ ਇਹਨਾਂ ਨੇ ਤਾਂ ਕਿਹਾ ਇਹ ਤਾਂ ਫਸਾਏ ਜਾ ਰਹੇ ਤਾਂ ਪੋਲੀਟੀਕਲ ਵੈਂਡੇਟਾ ਹੈ ਇਹ ਹੀ ਵਾਲੀਆ ਜੀ ਦੋ ਤਿੰਨ ਮਹੀਨੇ ਪਹਿਲੇ ਹਰ ਡਿਬੇਟ 'ਤੇ ਕਹਿੰਦੇ ਸੀ ਕਿ ਖਹਿਰਾ ਸਾਹਿਬ ਨਾਲ ਤਾਂ ਪੋਲੀਟੀਕਲ ਵੈਂਡੇਟਾ ਹੋ ਰਿਹਾ ਫਲਾਨਾ ਫਸਾ ਰਿਹਾ ਅਕਾਲੀ ਦਲ ਵੀ ਫਸਾ ਰਹੀ ਸੀ ਹੁਣ ਕਾਂਗਰਸ ਵੀ ਫਸਾ ਰਹੀ ਹੈ ਹੁਣ ਇਹਨਾਂ ਨੂੰ ਉਹ ਡਰੱਗ ਟ੍ਰੈਫਿਕਰ ਲੱਗਣ ਲੱਗ ਗਏ ਦੇਖੋ ਵਾਲੀਆ ਜੀ ਇੱਕ ਕੰਸਿਸਟੈਂਟ ਸਟੈਂਡ ਚਾਹੀਦਾ ਜੋ ਤੁਹਾਨੂੰ ਮੰਨਣਾ ਚਾਹੀਦਾ ਸੀਗਾ ਅਸਲੀ ਗੱਲ ਉਹ ਇਹ ਹੈ ਖਹਿਰਾ ਸਾਹਿਬ ਦੀ ਬਹੁਤ ਗਲਤੀਆਂ ਜ਼ਿਆਦਾ ਉਹਨਾਂ ਦੀਆਂ ਹੈਗੀਆਂ ਮੈਂ ਤਾਂ ਗੱਲ ਮੰਨਦਾ ਕਿਉਂਕਿ ਖਹਿਰਾ ਸਾਹਿਬ ਜਿਹੜੇ ਹੈਗੇ ਨੇ ਉਹ ਇੱਕ ਪੋਲੀਟੀਕਲ ਓਪਰਚੁਨਿਸਟ ਨੇ ਪਾਵਰ ਹੰਗਰੀ ਨੇ ਉਹਨਾਂ ਨੇ ਪਹਿਲੇ ਜਿਹੜਾ ਸਟੈਂਡ ਅੱਜ ਆਟੋਨਮੀ ਦੀ ਗੱਲ ਕਰ ਰਹੇ ਹੋ ਤੁਸੀਂ ਬਿਲਕੁਲ ਵਧੀਆ ਕਿਹਾ ਇਹਨਾਂ ਨੇ ਪਹਿਲੇ ਕਦੇ ਆਟੋਨਮੀ ਬਾਰੇ ਨਹੀਂ ਸੋਚਿਆ ਜਦੋਂ ਛੋਟੇਪੁਰ ਸਾਹਿਬ ਨੂੰ ਗੱਦੀ ਤੋਂ ਲਾਇਆ ਤਦ ਨਹੀਂ ਇਹਨਾਂ ਨੇ ਕੁਝ ਕਿਹਾ ਘੁੱਗੀ ਨੂੰ ਕਿਹਾ ਤਦ ਨਹੀਂ ਕਿਹਾ ਅਕਾਲੀ ਦਲ ਕਾਂਗਰਸ ਦੇ ਖਿਲਾਫ ਆਵਾਜ਼ ਚੱਕਦੇ ਹੋ ਮੇਰੀ ਕੋਈ ਆਪਣਾ ਇਸ ਗੱਲੋਂ ਨਹੀਂ ਕਰ ਰਿਹਾ ਕਿ ਅਕਾਲੀ ਦਲ ਦੇ ਖਿਲਾਫ਼ ਬੋਲ ਰਹੇ ਨੇ ਜਾਂ ਕਾਂਗਰਸ ਦੇ ਖਿਲਾਫ਼ ਬੋਲ ਰਹੇ ਨੇ ਉਹ ਤਾਂ ਆਪ ਆਪਣੀ ਮੋਰੈਲਿਟੀ ਦੀ ਗੱਲ ਕਰ ਰਹੇ ਨੇ ਆਪ ਐਥਿਕਸ ਦੀ ਗੱਲ ਕਰ ਰਹੇ ਨੇ ਤੇ ਆਪ ਉਹਨਾਂ ਨੇ ਉਹ ਮੋਰੈਲਿਟੀ ਐਥਿਕਸ ਕਿਉਂ ਨਹੀਂ ਆਪਣੇ ਜਦੋਂ ਆਪ ਉਹਨਾਂ ਕੋਲ ਮੌਕਾ ਸੀਗਾ ਕੰਵਰ ਸੰਧੂ ਨੇ ਵੀ ਜ਼ਰੂਰ ਕਿਹਾ ਨਾ ਉਹਨਾਂ ਨੇ ਕਿਹਾ ਕਿ ਜਦੋਂ ਆਪਣਾ ਛੋਟੇਪੁਰ ਨੂੰ ਕੱਢਿਆ ਗਿਆ ਮੈਂ ਇਕੱਲਾ ਇੱਕ ਸ਼ਖਸ ਸੀ ਜਿਹਨੇ ਓਬਜੈਕਟ ਕੀਤਾ ਉਸ ਟਾਈਮ ਖਹਿਰਾ ਸਾਹਿਬ ਨੇ ਕਿਉਂ ਨਹੀਂ ਓਬਜੈਕਟ ਕੀਤਾ ਘੁੱਗੀ ਨੂੰ ਜਦੋਂ ਕੱਢਿਆ ਗਿਆ ਕੰਵਰ ਸੰਧੂ ਸਾਹਿਬ ਕਹਿੰਦੇ ਕਿ ਮੇਰੀ ਪਰਿਵਾਰਕ ਮਜਬੂਰੀਆਂ ਸੀਗੀਆਂ ਉਹਨਾਂ ਦੀ ਘਰ ਉਹਨਾਂ ਦੇ ਟ੍ਰੈਜਡੀ ਹੋਈ ਸੀ ਤਾਂ ਉਸ ਕਰਕੇ ਮੈਂ ਨਹੀਂ ਬੋਲਿਆ ਪਰ ਕੋਈ ਹੋਰ ਨਹੀਂ ਬੋਲਿਆ ਉਹ ਆਪ ਹੀ ਖਹਿਰਾ ਸਾਹਿਬ ਨੇ ਐਕਸਪੋਜ਼ ਕਰੀ ਜਾ ਰਹੇ ਨੇ ਜੰਗਵੀਰ ਤੁਸੀਂ ਇਹ ਗੱਲ ਕਹਿਣਾ ਚਾਹ ਰਹੇ ਹੋ ਮੈਂ ਕਹਿ ਰਿਹਾ ਮੈਂ ਕਿ ਉਹਨੂੰ ਬੋਲਣ ਲੱਗੇ ਨਾਟ ਓਨਲੀ ਦੈਟ ਇਹ ਪਾਵਰ ਹੰਗਰੀ ਜਿਹੜੀ ਗੱਲ ਮੈਂ ਕਹੀ ਹੈ ਪਹਿਲੇ ਹੁਣ ਪਾਰਟੀ ਨੂੰ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਹੁਣ ਉਹ ਦੇਖ ਰਹੇ ਸੀਗੇ ਪਹਿਲੇ ਡਰੱਗਸ ਦਾ ਕੇਸ ਹੋਇਆ ਉਸ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਗਏ ਫਿਰ ਰੈਫਰੈਂਡਮ 2020 'ਚ ਉਹਨਾਂ ਨੇ ਸਿੱਖਸ ਫੋਰ ਜਸਟਿਸ ਦਾ ਸਾਥ ਦਿੱਤਾ ਜਿਹੜੇ ਕਹਿੰਦੇ ਵੀ ਹਿੰਦੁਸਤਾਨ ਨੂੰ ਤੋੜ ਦਿਉ ਹੁਣ ਤੀਜੀ ਗੱਲ ਹੁਣ ਕਰਪਸ਼ਨ ਦੀ ਆ ਗਈ ਤਾਂ ਉਹਨਾਂ ਨੂੰ ਤਾਂ ਕਲੀਅਰ ਪਤਾ ਲੱਗਿਆ ਸੀਗਾ ਕਿ ਜਦੋਂ ਬਲਬੀਰ ਸਿੰਘ ਨੇ ਕਹਿਤਾ ਵੀ ਤੁਸੀਂ ਲਿਫਾਫੇ ਫੜ ਰਹੇ ਹੋ ਤੁਸੀਂ ਕਰਪਸ਼ਨ ਕਰ ਰਹੇ ਹੋ ਉਹਨਾਂ ਨੂੰ ਕਲੀਅਰ ਪਤਾ ਲੱਗ ਗਿਆ ਸੀ ਪਾਰਟੀ ਨੇ ਕਿਸੇ ਨਾ ਕਿਸੇ ਬਹਾਨੇ ਹੁਣ ਮੈਨੂੰ ਕੱਢਣਾ ਉਹਨਾਂ ਨੇ ਗੇਮ ਸ਼ੁਰੂ ਕਰਤੀ ਉਹਨਾਂ ਨੇ ਕਾਂਗਰਸ ਵਾਲਿਆਂ ਨਾਲ ਮਿਲ ਕੇ ਪਾਰਟੀ ਤੋੜਨ ਦੀ ਗੱਲ ਕੀਤੀ ਜਦੋਂ ਪਾਰਟੀ ਤੋੜਨ ਵਾਸਤੇ ਐਮਐਲਏ ਇਕੱਠੇ ਕੀਤੇ ਇਹਨਾਂ ਨੇ ਐਕਸ਼ਨ ਲਿਆ ਪਹਿਲੇ ਇਹਨਾਂ ਨੇ ਕੋਈ ਸਪੋਰਟ ਕਰ ਰਹੇ ਹੋ ਔਨ ਰਿਕਾਰਡ ਕਰ ਰਹੇ ਹੋ ਕਾਂਗਰਸ ਦੇ ਨਾਲ ਰਲ ਕੇ ਪਾਰਟੀ ਤੋੜਨ ਦੀ ਕੋਸ਼ਿਸ਼ ਕੀਤੀ ਹਰਜੀਤ ਕੰਗਰਾ ਜ਼ਿੰਮੇਵਾਰ ਤੁਸੀਂ ਹੋ
देखो तुहाडी पार्टी जिम्मेवार मैनू ना हासा आ रहा है ये आम आदमी पार्टी की गल है मैं उहदे ते कोई बोलण दा एक्सपर्ट नहीं है पर मैनू हासा आ रहा है इस करके मैं थोड़ा जिहा क्योंकि राजकुमार वेरका जी ने कहा वेरका साहब ने मैं टीवी ते देखिया राजकुमार वेरका जी ने कहा जो मामला शुरू ही होया जो खैरा साहब बगावत शुरू करन लगे सी उन्होंने कहा भी पांच तो छे जिहड़े छे सात एमएलए ने सानू अप्रोच किया साडी मिन्नतां कर रहे ने सुखपाल सिंह खहरा पंजाब की सियासत का यह नेरी जिस पार्टी जाएगा यह तो ही उठेगी क्योंकि इस बंदे नूं कदे नहीं यह सोच सकता कि मैं किसी की गल भी मन सकता आपदे आप नूं सब तो सियाणा तुसीं बॉडी लैंग्वेज देखो जिस दिन केजरीवाल नूं पार्टी ज्वाइन करन तो बाद मिलन गया उन्हूं ऐ मिलिया जिवें ए प्रधान हुंदा ते केजरीवाल जवाक हुंदा फोटो कढ के वेखियो तुसीं बॉडी लैंग्वेज दी सुन लो अगली गल अगली गल ओही गल उत्थे ही मैं सानूं तोड़न दी लोड़ ही नहीं जिस घड़े च तेड़ा सी गिया कड़क दे टुट गया उह जदों टैंपरेचर बदलिया सानूं तोड़न दी की लोड़ है नहीं तेड़ा होण ना घड़े ते माड़ा वट्टी मार दो लोड़ किसी सानूं लोड़ ही नहीं मैनूं लगदा है उह जो टैंपरेचर चेंज आई ते टुट गया तत्ती चाह पाउण वाले गिलास वांगू उह खतम हो गई गल उहदी सो इस करके जे तुसीं खैरा सुखपाल खैरे दी जे पोलीटिकल सूझबूझ तो लो तो अज भी जिहड़ी गल उह करदा ना स्प्लिट दी इस पार्टी स्प्लिट नहीं हो सकदी इहदे सत एम पी है इहदे च स्प्लिट दा कानून है ਇਹ ਪਾਰਟੀ ਰਜਿਸਟਰ ਜਿਹੜੀ ਹੈ ਦਿੱਲੀ 'ਚ ਹੈ ਇਹਦੀ ਹਾਈ ਕਮਾਂਡ ਦਿੱਲੀ 'ਚ ਹੈ ਇਹ ਸਪਲਿਟ ਜਿਹੜੀ ਹੈ ਸੱਤਾਂ ਐਮ ਪੀਆਂ ਜਦੋਂ ਟੁੱਟਣਗੇ ਉਦੋਂ ਸਪਲਿਟ ਹੋਏਗੀ ਜਿਹੜੀ ਇਲੈਕਸ਼ਨ ਕਮਿਸ਼ਨ ਮੰਨੇਗਾ ਇਹ ਪਾਰਟੀ ਜਿਹੜੀ ਹੈ ਪੇੜ ਮੁੰਡਾ ਹੋ ਟੁੱਟਿਆ ਸਾਰੇ ਮਿਲਾ ਕੇ ਉਹ ਗੱਲ ਹਾਂਜੀ ਹਾਂਜੀ ਉਹ ਸਾਰਾ ਤੁਸੀਂ ਸਪਲਿਟ ਪੜੋ ਵੀ ਸਪਲਿਟ ਕਿੱਥੇ ਰਜਿਸਟਰ ਹੁੰਦੀ ਹੈ ਅਕਾਲੀ ਦਲ 'ਚ ਇੰਨੀਆਂ ਸਪਲਿਟਾਂ ਹੋਈਆਂ ਪਰ ਅੱਜ ਵੀ ਅਕਾਲੀ ਦਲ ਜਿਹੜਾ ਉਹ ਕਿੱਥੇ ਖੜਾ ਹੈਗਾ ਇੱਕੋ ਹੀ ਪਾਰਟੀ ਹੈ ਜਿਹੜੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਹੈ ਬਾਕੀ ਸਾਰੇ ਸਪਲਿਟਡ ਸਪਲਿੰਟਰ ਗਰੁੱਪ ਨੇ ਸੋ ਇਹ ਕਹਿਣਾ ਕਿ ਇਹ ਸਪਲਿਟ ਹੋ ਜਾਏਗੀ ਗਲਤ ਗੱਲ ਹੈ ਦੂਜੀ ਗੱਲ ਤੁਹਾਨੂੰ ਦੱਸਦਾ ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਉੱਥੇ ਕੈਂਡੀਡੇਟ ਸੈਟਅਪ ਕਰਨੇ ਹੈ ਕਿੱਡੀ ਮਰਜ਼ੀ ਜ਼ੋਰ ਲਾ ਲਏ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੈਟਅਪ ਨਹੀਂ ਕਰ ਸਕਦਾ ਕਿਉਂਕਿ ਕੈਂਡੀਡੇਟ ਸੈਟਅਪ ਕਰਨ ਵਾਸਤੇ ਜਨਰਲ ਸੈਕਟਰੀ ਦੀ ਚਿੱਠੀ ਚਾਹੀਦੀ ਹੁੰਦੀ ਹੈ ਤੇ ਉਹ ਜਨਰਲ ਸੈਕਟਰੀ ਦਿੱਲੀ ਬੈਠਾ ਹੈ ਕਿਉਂ ਜੀ ਠੀਕ ਨਹੀਂ ਹੈ ਗੱਲ ਇਹ ਕਿਵੇਂ ਸੈਟਅਪ ਕਰ ਦੇਣਗੇ ਸੋ ਇਹ ਗੱਲਾਂ ਲੋਕਾਂ ਨੂੰ ਬੇਵਕੂਫ ਬਣਾਉਂਦਾ ਇਹ ਪਹਿਲਾਂ ਵੀ ਬਣਾਉਂਦਾ ਰਿਹਾ ਕਿ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਕਿ ਪ੍ਰੋਟੈਮ ਚੀਫ ਮਿਨਿਸਟਰ ਲਾ ਦਿਓ ਇੱਥੇ ਭਾਈ ਕਿਹੜਾ ਕਾਨੂੰਨ ਆ ਪ੍ਰੋਟੈਮ ਚੀਫ ਮਿਨਿਸਟਰ ਲਾਉਣ ਦਾ ਸੋ ਇਹ ਖਹਿਰਾ ਸਾਹਿਬ ਉੱਚਾ ਲੰਮਾ ਕੱਦ ਸੋਹਣੀ ਪੱਗ ਸੋਹਣਾ ਸੁਨੱਖਾ ਜਵਾਨ ਪੰਜਾਬ ਦੇ ਲੋਕ ਬੇਵਕੂਫ ਬਣੀ ਜਾਂਦੇ ਆ ਬਣੀ ਜਾਣਗੇ ਠੀਕ ਹੈ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਪੰਜਾਬ ਦੇ ਲੋਕ ਬੇਵਕੂਫ ਬਣ ਜਾਂਦੇ ਬਿਲਕੁਲ ਕਹਿ ਰਿਹਾ ਮੈਂ ਬਹੁਤ ਵੱਡੀ ਗੱਲ ਕਿਉਂਕਿ ਬਣਾ ਰਹੇ ਆ ਇਹ ਬਣਾ ਰਹੇ ਆ ਉਹਨਾਂ ਨੂੰ ਆ ਜਿੰਨੇ ਬੰਦੇ ਸਿੱਧੇ ਸਾਦੇ ਲੋਕ ਹੈ ਡਾਕਟਰ ਕੁਮਾਰ ਵਿਸ਼ਵਾਸ ਦਾ ਟਵੀਟ ਡਾਕਟਰ ਕੁਮਾਰ ਵਿਸ਼ਵਾਸ ਦਾ ਟਵੀਟ ਉਹ ਪੜੋ ਤੁਸੀਂ ਤੁਹਾਡੇ ਨਾਲ ਹੀ ਰਹੇ ਉਹ ਉਹ ਕਹਿੰਦੇ ਪੰਜਾਬੀਆਂ ਨੂੰ ਜੇ ਸਿਰ ਤੇ ਬਿਠਾਉਣਾ ਹੁੰਦਾ ਇਹਨਾਂ ਨੂੰ ਮੰਜੀ ਵੀ ਠੋਕਣੀ ਹੁੰਦੀ ਤੁਸੀਂ ਕਹਿੰਦੇ ਪੰਜਾਬ ਠੋਕ ਦੇਣਗੇ ਤਾਂ ਹੀ ਠੋਕਣਗੇ ਨਾ ਉਹ ਜਿਸ ਦਿਨ ਪਤਾ ਲੱਗਿਆ ਠੋਕਣਗੇ ਉਸ ਦਿਨ ਬਿਲਕੁਲ ਠੋਕਣਗੇ ਕਈਆਂ ਦੀ ਠੋਕੀ ਹੈ ਇਹਨਾਂ ਨੇ ਸਾਡੀ ਪਾਰਟੀ ਦੇ ਬੁਲਾਰੇ ਜਾਂ ਤੁਹਾਡੀ ਪਾਰਟੀ ਦੇ ਲੀਡਰ ਇਸ ਤੋਂ ਪਹਿਲਾਂ ਇਹ ਗੱਲ ਕਹਿੰਦੇ ਰਹੇ ਆ ਕਿ ਆਮ ਆਦਮੀ ਪਾਰਟੀ ਦੇ 11 ਵਿਧਾਇਕ ਸਾਡੇ ਨਾਲ ਜੁੜੇ ਹੋਏ ਆ ਉਹ ਸਾਡੀਆਂ ਮਿੰਨਤਾਂ ਕਰਦੇ ਫਿਰਦੇ ਆ ਪੜ੍ਹ ਲਿਓ ਪਿਛਲਾ ਰਿਕਾਰਡ ਤੁਸੀਂ ਪਾਰਟੀ ਦੇ ਨਵੇਂ ਬੁਲਾਰੇ ਬਣੇ ਹੋ ਮਾਨਸ ਸਿੰਘ ਕਾਂਗਰਸ ਤੇ ਵੀ ਇਲਜ਼ਾਮ ਲੱਗਦਾ ਤੁਹਾਡੇ ਤੇ ਵੀ ਇਲਜ਼ਾਮ ਲੱਗਦਾ ਤੁਸੀਂ ਸਾਰਿਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਤੋੜਨ ਵਿੱਚ ਲੱਗੇ ਹੋ ਤੁਸੀਂ ਸਾਡੇ ਕੋਲੇ 78 ਐਮਐਲਏ ਹੈ ਆ ਜਿਹੜਾ ਐਪੀਸੋਡ ਹੋਇਆ ਨਾ ਦੇਖੋ ਮੈਨੂੰ ਨਹੀਂ ਪਤਾ ਪਿੱਛੇ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਕੋਈ ਗੱਲ ਹੈ ਪਰ ਜਿਹੜਾ ਖਹਿਰਾ ਸਾਹਿਬ ਦਾ ਜਿਹੜਾ ਅੱਜ ਜਿਹੜੀ ਕਾਨਫਰੰਸ ਹੋਈ ਆ ਜਾਂ ਅੱਜ ਪੰਜਾਬ 'ਚ ਜਿਸ ਤਰ੍ਹਾਂ ਇਹ ਯੂਨਿਟ ਟੁੱਟ ਗਿਆ ਸਮਝ ਲਓ ਹੁਣ ਤਾਂ ਟੁੱਟਣ ਦੇ ਕਗਾਰ 'ਤੇ ਨਹੀਂ ਮੈਂ ਕਹੂੰਗਾ ਉਹ ਤਾਂ ਖਿਲਰ ਗਿਆ ਝਾੜੂ ਪੰਜਾਬ ਯੂਨਿਟ ਦਾ ਇਹਦੇ ਸਾਡਾ ਕੀ ਰੋਲ ਹੈ ਲੜਾਈ ਤਾਂ ਇਹਨਾਂ ਦੇ ਘਰ ਦੀ ਸੀ ਕਲੇਸ਼ ਇਹਨਾਂ ਦੇ ਘਰ ਦਾ ਕਲੇਸ਼ ਅਹੰਕਾਰ ਦਾ ਕਲੇਸ਼ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦਾ ਕਲੇਸ਼ ਡਿਕਟੇਟਰਸ਼ਿਪ ਕੇਜਰੀਵਾਲ ਸਾਹਿਬ ਦਾ ਜਿਹੜੀ ਕਿ ਪੰਜਾਬ 'ਚ ਜਦੋਂ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਨੇ ਸ਼ਕਲ ਵੀ ਨਹੀਂ ਵਿਖਾਈ ਪਹਿਲਾਂ ਤਾਂ ਬੜੇ ਬੜੇ ਨਾਰੇ ਲਗਾਏ ਦੇਖੋ ਗੱਲ ਇਹ ਆ ਲੜਾਈ ਇਹਨਾਂ ਦੇ ਘਰ ਦੀ ਸੀ ਇਹਨਾਂ ਕੁਛ ਸੰਭਾਲੀ ਨਹੀਂ ਗਈ ਉਹ ਅੱਜ ਉਹ ਸੜਕਾਂ 'ਤੇ ਆ ਕੇ ਘਰ ਦੀ ਲੜਾਈ ਸੀ ਤੇਲ ਤੁਸੀਂ ਪਾਇਆ ਨਾ ਅਸੀਂ ਕਿਉਂ ਪਾਇਆ ਸਾਨੂੰ ਕੀ ਜ਼ਰੂਰਤ ਹੈ ਪਾਉਣ ਦੀ ਦੂਜੀ ਗੱਲ ਜਿਹੜੀ ਕੇਂਦਰ ਸਾਹਿਬ ਨੇ ਗੱਲ ਲਾਇਆ ਡਾਕਟਰ ਬਲਵੀਰ ਸਿੰਘ ਰਾਣੇ ਕਿ ਬੀਜੇਪੀ ਆਰਐਸਐਸ ਸਪਾਂਸਰਡ ਆ ਸਾਰਾ ਕੁਝ ਇਹ ਅਰੇ ਕੇਜਰੀਵਾਲ ਸਾਹਿਬ ਕਿਹਾ ਸਾਡੇ ਕਹਿਣ ਤੇ ਕਰਦੇ ਆ ਸਾਰਾ ਕੇਜਰੀਵਾਲ ਸਾਹਿਬ ਨੇ ਲੀਡਰ ਆਫ ਓਪੋਜੀਸ਼ਨ ਬੀਜੇਪੀ ਦੇ ਕਹਿਣ ਤੇ ਲਾਇਆ ਪੰਜਾਬ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਇਹ ਬਿਲਕੁਲ ਬੇਬੁਨਿਆਦ ਤੇ ਅਨਮੈਚਿਓਰ ਗੱਲਾਂ ਨੰਬਰ ਇੱਕ ਦੂਜੀ ਗੱਲ ਜਿਹੜੀ ਕਿੰਗਰਾ ਸਾਹਿਬ ਨੇ ਕਹੀ ਆ ਵੀ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਮੈਂ ਨਹੀਂ ਮੰਨਦਾ ਪੰਜਾਬ ਦੇ ਲੋਕ ਬੇਵਕੂਫ ਬਣ ਸਕਦੇ ਆ ਗੁੰਮਰਾਹ ਕੋਸ਼ਿਸ਼ ਕਰਦਾ ਹੈ ਗੁੰਮਰਾਹ ਬਿਲਕੁਲ ਕੋਸ਼ਿਸ਼ ਕਰਦਾ ਹੈ ਕੇਜਰੀਵਾਲ ਬਣੇ ਨਹੀਂ ਹੈ ਇਹ ਸਾਰੇ ਟੋਲੇ ਨੇ ਮਿਲ ਕੇ ਗੁੰਮਰਾਹ ਕੀਤਾ ਸੀ ਝੂਠ ਬੋਲ ਕੇ ਬਣਾਉਣ ਦੀ ਕੋਸ਼ਿਸ਼ ਕਰਦਾ ਸਮਝ ਚੁੱਕੇ ਆ ਔਰ ਉਹਨਾਂ ਨੂੰ ਸਮਝ ਆ ਗਈ ਮੈਂ ਆਉਂਗਾ ਵਾਪਸ ਸਤਿੰਦਰ ਬੈਂਸ ਕਹਿੰਦੇ ਹੁਣ ਚਰਚਾ ਚੱਲਦੀ ਪਈ ਹੈਗੀ ਹੈ ਵੈਸੇ ਮੇਰਾ ਸਵਾਲ ਨਹੀਂ ਹੈਗਾ ਇਹ ਪਰ ਚਰਚਾ ਚੱਲਦੀ ਵੀ ਸੁਖਪਾਲ ਸਿੰਘ ਖਹਿਰਾ ਕਹਿੰਦੇ ਉਹ ਤੋਪਾ ਜਿਹੜੀ ਪੁੱਠੀ ਚੱਲਦੀ ਹੈ ਸਤਿੰਦਰ ਬੈਂਸ ਦੇਖੋ ਪੋਲਿਟਿਕਸ ਦੇ ਵਿੱਚ ਜਿੰਨਾ ਬੰਦਾ ਪੁੱਠਾ ਹੁੰਦਾ ਉਹਨਾਂ ਕਾਮਯਾਬ ਵੀ ਹੁੰਦਾ ਹੈ ਬਹੁਤ ਵਾਰੀ ਮੈਂ ਦੇਖਿਆ ਹੈ ਬਾਕੀ ਜਿਹੜੀ ਇਹਨਾਂ ਦੇ ਗੱਲਾਂ ਸੁਖਪਾਲ ਖਹਿਰਾ ਨੂੰ ਇਹ ਦਾ ਪੁੱਠਾ ਤਾਂ ਨਹੀਂ ਪਿਆ ਨਹੀਂ ਬਿਲਕੁਲ ਪੁੱਠਾ ਨਹੀਂ ਪਿਆ ਦੇਖੋ ਜਿਹੜੀ ਮੈਂ ਤੁਹਾਨੂੰ ਬਹੁਤ ਮੋਟੀ ਗੱਲ ਦੱਸਾਂ ਪੋਲਿਟਿਕਸ ਦੇ ਵਿੱਚ
जिन्नी कोई नैगेटिव पबलिसिटी होंगी है किसी की वो उन्ना ही वड्डा अमर्ज हों लेटर स्टेज उत्ते जाके लीडर ठीक है। एक नेचर का रूल हैगा बहुत बारी इस तरीके जो बंद पबलिसिटी में लोगों रेंगे भावें नैगेटिव पबलिसिटी रहन भावें पॉजिटिव कहना चाह रहे हो सुखपाल सिंह खैर जो सोशल मीडिया लीडर कहा जाता है मास्टर्स का लीडर बन बिल बिल्कुल देखो उन्हें कन्वेंशन की है टू पार्टी के बागी होकर उन्हें कन्वेंशन की है और कन्वेंशन कामयाब भी रही है मैं सारी लाइफ देखी है वो सो यही आप कह सकते कि वह फेल हो गया है नाकामयाब हो गया बाकी जी उन्हें गल की है मैं वो गल करनी चाहूँगा जिस तरह उन्हें कहा कि अटोनमी जी यूनिट मिलनी चाहिए है अटोनमी बारे देखो जिन्हें भी लीडर रहे है वो सुचा सिंह छोटेपुर रहा है भावें गुरप्रीत घुग्गी रहा है तो ये सारे की जी डिमांड यही रही है हमेशा कि पंजाब दे विच सेंटर का इंटरफेरेंस बहुत ज़्यादा इन्हें जी यूनिट है तो वह उतों बंदे आके असैम्बली इलैक्शन के हारन का कारण भी यही जो उस वक्त मीडिया ने भी एनालाइज किया कि जो बहुत ज़्यादा इंटरफेरेंस हैगा केंद्रीय इन्होंने हाईकमांड का वोद करके जी पंजाब लीडरशिप उभर नहीं सकी और जी पंजाब की इलैक्शन हार गए और जो भी मिसचीफ केजरीवाल के नाल होए उन्होंने उस फसाया गया ये सारे रीजन ये कि वह ओवर कॉन्फिडेंस से और पंजाब के जो लोकल लीडर से उन्होंने ट्रस्ट नहीं करते गल सुचा सिंह छोटेपुर ने भी कही है घुग्गी ने भी कही है और हम सुखपाल सिंह खहरा भी यह गल बहुत देर तो जो इन्हों के लीडर महसूस कर रहे थे कि जी पंजाब की यूनिट है उन्होंने अपने फैसले लैन का कोई इन्हों हक नहीं दिता हो जो दिल्ली तो कहें और करते हैं और केजरीवाल जी बाकी पार्टियां भी उही करती हैं बाकी उही 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 मतलब एक जी सब तो होर अहम अहम गल है जे हम आम आदमी पार्टी कहती है कि असी अलग तरह की राजनीति करनी है बाकी पार्टियां भावें अकाली दल एक परिवार की पार्टी कहा जाता है पर वह भी जो लीडर बदलना हो तो घट्टो घट्ट लोग राज एक एम एल ए की मीटिंग जरूर सदते हैं तो इन्होंने तो मीटिंग भी नहीं सदी ट्वीट करके जो लीडर चेंज करता सो ये जी राजनीति कर रहे हैं वो कारण जी पंजाब आम आदमी पार्टी का नुकसान जो हो रहा है इस करके हो रहा है क्योंकि लोकल लीडरशिप में उपर नहीं दिता जा रहा एक बहुत बड़ा रीजन से बाकी ये कह रहे थे कि पावर हंगरी है सुखपाल खैरा देखो मैं वह सपोर्टर नहीं है पर मैं ये दसो कि पोलीटल लीडर है जोड़ा इतने बैठा वो पोलिटिक्स आया और पावर हंगरी नहीं है और यदा जो बेनीफिट है अगर स्प्लिट होंगी है सब तो ज़्यादा जो होना है इन्होंने दोहां पार्टियां होना है एक तो वीक ओपोजिशन लीडर मिलेगा कांग्रेस को और दूजा जो अकाली दल है सुखबीर सिंह बादल जो स्प्लिट होंगी है ही विल बिकम लीडर ऑफ ओपोजिशन बहुत बड़ी गल है थोड़ा ब्रेक लेने तो वापस आवा के कि यह पार्टियां रवायती पार्टियां ने आम आदमी पार्टी की पंजाब इकाई को तोड़ने की कोशिश की है सवाल यह है क्योंकि विरोधी धिर का जो आगू है वह जो वो कैबिनेट रैंक सहूलतें जो मिलती है 500 नंबर कोठी भी मिलती हैगी सवाल उन बहुत सारे है कि विरोधी पार्टियां ने सारी चाल चली हैगी आम आदमी पार्टी के झाड़ू में तीला तीला करने ब्रेक तो वापस आ रहे कि बठिंडा कन्वेंशन के 6 मतों दिल्ली आपको की समझ आया मते तुम भी सारे ने सुने अभी चर्चा कर रहे हैं सारी गल खुद मुख्तियारी की गल हुई है NRIs की गल हुई है होर बहुत सारी गल्ला हुई सतिंदर बैंस सवाल यह है तो सुचा सिंह छोटेपुर का जिक्र किया गुरप्रीत सिंह बड़ैज का जिक्र किया फुलका साहब का जिक्र शायद नहीं किया पर सवाल यह है जो वो लीडर पासे किए गए या फुलका साहब तुम ये कह लो कि आप पासे हुए या जो भी चीज़ा हुई उन्होंने लीडर ने यहोजी चीज़ा नहीं कीतियाँ जो सुखपाल सिंह खैरा ने हूँ कीतियाँ तो जो दिल्ली हाईकमान ने हूँ की देखो उन्होंने दे मैं समझना कि उन्हें स्ट्रेंथ नहीं सी इन्नी कि वह अपोज कर सकते सुचा सिंह छोटेपुर ने किया अपोज एक हद तक किया है पर वो नाल कोई है ही नहीं सगा जो एक स्टैंड लै सकता कोई अलग उन्हें अलग पार्टी बनाई है भावें इलेक्शन चो हार गए है पर उस वक्त उन्होंने पर हाँ इस लैवल की देखो सुचा सिंह छोटेपुर बेशक एक ना जरूर सुचा सिंह छोटेपुर का है कि चलो बहुत बड़ा आप ना लेने क्योंकि कांग्रेस भी रहे अकाली दल भी रहे सारिया पार्टियां उन्होंने वकार है पर अदरवाइज एज ए लीडर वो एक अपनी कॉन्स्टिट्यूएंसी तो बाहर उन्होंने कोई वजूद नहीं है जितों इलैक्शन लड़ते हैं उत्थे ही उन्होंने एक वजूद से इस करके वो कोई बहुत ज़्यादा नहीं जो सुखपाल सिंह खैरा ने अपनी आम आदमी पार्टी जाने तो बाद जो एक अपना अपनी ऑडियंस क्रिएट की है एक अपना वकार बनाया वह फायदा जो साफ नज़र आ रहा है बठिंडे जी उन्हें रैली की है सो ये कहना कि जो सुखपाल सिंह खैरा ने स्टैंड लिया बाकियों ने नहीं लिया बाकियों ने भी कोशिश की है हुण जे फुलका साहब से फुलका साहब पासे हो गए ठीक है चुप करके बह गए और एक हर एक बंदे का एक अपना अंदाज होंदा है कोई अग्रैसिव होंदा कोई बंदा सबमिसिव होंदा सो वो एक जिहड़ा सुभाअ है वो मैनूं लगदा खैरे दा अग्रैसिव सुभाअ है सुखपाल सिंह खैरा अटैकिंग सुभाअ दे तुसीं हां ओदे करके वो ज्यादा मन सिंह एक सुखपाल सिंह खैरा ने एक गल उत्थे कही हैगी है कि जिहड़े विधायक साडे नाल इत्थे नहीं पहुंचे हैगे ते उहनां विधायकां नूं पिंडां विच वड़न नहीं दित्ता जावेगा इस टिप्पणी नूं किस तरीके नाल तुसीं देखदे हो नहीं ये ते की उन्होंने रणनीति है पर जिस तरीके अज के पी जी उन्होंने वंगारिया है दिल्ली की सल्तनत केजरीवाल साहब न जिस तरह ललकारिया है तो मैनू लगता है भी वह हर हर हीला वसीला करे
भी जिहड़ा आम आदमी पार्टी का पंजाब का यूनिट है उहदे च कुछ ना बचे। देखो मते की पाए आ कि जिहड़ी जिहड़ी ऑर्गेनाइजेशन सैटअप दुबारा बनाओ, मुख्तियार खुद मुख्तियारी दो, लीडर ऑफ। अच्छा दूजी गल, नवा विरोधी धिर दा नेता चाहिए, नवा विरोधी धिर दा नेता चाहिए। मैं ये कह रहा, एक पासे खहरा साहब कह रहे हैं भी मैं अजे 100 पोस्टां वारदा, मैं ते लीडर ऑफ ओपोजिशन 100 वार मैनू बनाउण थाली च परोस के देण, केजरीवाल साहब नहीं लैणी। तो दूजे पासे उत्थे मता पवाया जा रहा प्रस्ताव आ गए। यह मतलब बड़ा विचारण वाली गल है, कितना कितने आप ही कॉन्ट्राडिक्शन उन्होंने अपने आप च ही बड़ी है। पिंडां च वड़न नहीं देणगे, नहीं देणगे, उह कौण हुंदे किसे नूं रोकण वाले? मैनूं नहीं लगदा इहदे च कोई कोई इस चीज च कोई गहराई वाली गल। किंगरा साहब, इन्होंने एक ये भी गल की है कि एल ओ पी मेरे वर्गा जो आया सीगा, जो असी मुद्दे चुके आ तुहाडे एल ओ पी का जिक्र भी उन्होंने किया कि वो पैचवर्क दीआं गल्लां करदे सीगे, ते चंगा लीडर आया सीगा ते चंगे लीडर नूं दबाउण दे लई सारी सियासत कीती। देखो जिहो जिहा सवाल हुंदा उहो जिहा जवाब हुंदा, जे 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 उत्थे गल जिहो जिही होई सी उहो जिहा एल ओ पी दे लीडर ने जवाब दे। इह तां वड़े ही नहीं विधानसभा च, इह लीडर तां एल ओ पी दे लीडर हुंदा विधानसभा च। जदों विधानसभा च गए सी तुसीं उहनूं बाहर कढ़ता, लीडर ऑफ ओपोजिशन हुंदा विधानसभा च। इह तां विधानसभा दा सैशन हरेक नूं ही बाइकट करी जांदे सी। ओ यार तुहानूं लोकां ने चुणिया सी, देखो पकाना सी, फट गया आम आदमी पार्टी दा रहिंदा लाखरी, जिहनूं लास्ट ਜਿਹੜਾ ਨਾ ਨੇਲ ਇਨ ਟੂ ਦੀ ਕਾਫਿਨ ਆਫ ਆਮ ਆਦਮੀ ਪਾਰਟੀ, ਇਟ ਹੈਜ਼ ਬੀਨ ਪੁੱਟ ਬਾਈ ਸੁਖਪਾਲ ਸਿੰਘ ਖਹਿਰਾ ਟੂਡੇ। ਅੱਜ ਉਹਦੇ 'ਚ ਅਖੀਰ ਲੱਗ ਕਿੱਲ ਮਾਰਤਾ ਉਹਨੇ ਵੀ ਲਓ ਭਾਈ ਹੁਣ ਹੋ ਗਿਆ ਖਤਮ। ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਹੋ ਦਿੱਲੀ ਦੇ ਸੂਬੇਦਾਰ, ਦਿੱਲੀ ਦੇ ਅਹਿਲਕਾਰ, ਆਟੋਨੋਮੀ ਸਾਰੀਆਂ ਭੰਗ। ਇੱਕ ਪਾਸੇ ਕਹਿੰਦੇ ਹੋ ਨਹੀਂ ਨਹੀਂ ਇਹ ਸਾਡੀ ਆਮ ਆਦਮੀ ਪਾਰਟੀ ਹੈ। ਤੁਹਾਨੂੰ ਕੋਈ ਟੋਪੀ ਦਿਸੀ ਅੱਜ ਉੱਥੇ? ਤੁਹਾਨੂੰ ਕੋਈ ਪੱਗਾਂ ਤੇ ਫੱਟੀਆਂ ਦਿਸੀਆਂ? ਜੇ ਆਮ ਆਦਮੀ ਪਾਰਟੀ ਦਾ ਕੱਟ ਸੀ ਤਾਂ ਟੋਪੀਆਂ ਤੇ ਪੱਗਾਂ ਕਿੱਥੇ ਸੀ? ਆਮ ਆਦਮੀ ਪਾਰਟੀ ਦਾ ਜਾਣੀ ਦੀ ਟੋਪੀ ਵਾਲੀ ਨਾਲੇ ਵੀ ਟੋਪੀ ਵਾਲੀ ਪਾਰਟੀ ਹੈ। ਦਿੱਲੀ ਦੀ ਲੀਡਰਸ਼ਿਪ ਨੂੰ ਮੰਗਾ ਰਿਹਾ, ਉੱਥੇ ਕੋਈ ਟੋਪੀ ਨਹੀਂ ਸੀ। ਦਿੱਲੀ ਦੀ ਲੀਡਰਸ਼ਿਪ ਉਹਨੇ ਮੰਗਾ ਰਿਹਾ, 7 ਦਿਨ ਦਾ ਟਾਈਮ ਦਿੱਤਾ ਉਹਨਾਂ ਨੇ, ਕਿਹਾ ਵੀ ਇੱਥੇ ਤੁਸੀਂ ਆ ਕੇ ਵੇਖੋ। ਠੀਕ ਹੈ ਜੰਗ। ਔਰ ਉਹਨਾਂ ਨੇ ਸੂਬੇਦਾਰ ਕਿਹਾ ਦੋ, ਉਹਨਾਂ ਦੇ ਜਿਹੜੇ ਗਰਾਊਂਡ ਰਿਐਲਿਟੀ ਹੈ ਕਿ ਪੰਜਾਬ ਦੇ ਵਿੱਚ ਜੋ ਜੇ ਉਹਨਾਂ ਦੇ ਵਲੰਟੀਅਰ ਜਿੰਨੇ ਵੀ ਹੈਗੇ ਆ, ਜਿਹੜੀ ਉਹ ਵਲੰਟੀਅਰ ਇਸ ਕਰਕੇ ਆ ਕਿ ਉਹ ਪੰਜਾਬ ਵਿੱਚ ਚੇਂਜ ਚਾਹੁੰਦੇ ਆ। ਤੋ ਉਹ ਵੀਰ ਕਿਸੇ ਨੇ ਟੋਪੀ ਵੇਖੀ, ਕੇਜਰੀਵਾਲ ਨੂੰ ਚਾਹੁੰਦੇ ਆ, ਕੇਜਰੀਵਾਲ ਨੇ ਜਗੋ ਸੋਧ ਹੋਰ ਵੀ ਕੋਈ ਲੀਡਰ ਬਣਾਉਂਦਾ ਰੋ ਸੀਗਾ ਕਿ ਸਾਹਿਬ ਤੁਸੀਂ ਕਿਹੋ ਜਿਹੀ ਗੱਲ ਕਰੀ ਜਾਂਦੇ ਹੋ? ਟੋਪੀ ਦਾ ਤਾਂ ਵਿਰੋਧ ਹੋਣਾ, ਫਿਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਤੁਸੀਂ ਉਦੋਂ ਸੁਣਦੇ ਸੀਗੇ ਤੁਸੀਂ ਆਮ ਆਦਮੀ ਪਾਰਟੀ 'ਚ ਰਹੇ ਹੋ, ਉਦੋਂ ਕਹਿੰਦੇ ਨੇ ਟੋਪੀ ਦਾ ਵਿਰੋਧ ਆ, ਪੰਜਾਬ ਵਿੱਚ ਟੋਪੀ ਦਾ ਵਿਰੋਧ ਹੋ ਰਿਹਾ ਸੀਗਾ, ਅੱਜ ਵੀ ਹੋ ਰਿਹਾ। ਪੱਗਾਂ ਦੇ ਫੱਟੀਆਂ ਲੱਗੀਆਂ ਸੀ, ਉਹ ਕਿੱਥੇ ਸੀ? ਗਲਾਂ 'ਚ ਪੱਲੇ ਪਾਏ ਸੀ ਆਮ ਆਦਮੀ ਪਾਰਟੀ ਦੇ, ਉਹ ਕਿੱਥੇ ਸੀ? ਤੁਹਾਡੇ ਇਲਜ਼ਾਮ ਹੈ, ਫਿਰ ਦੁਬਾਰਾ ਤੁਹਾਨੂੰ ਸਵਾਲ ਕਰ ਰਿਹਾ ਵੀ ਤੁਸੀਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਲੈਣਾ ਚਾਹੁੰਦੇ ਹੋ ਤਾਂ ਸਾਰਾ ਕੁਝ ਹੋਇਆ, ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਤੁਹਾਡੇ ਬਾਰੇ ਟਿੱਪਣੀ ਕੀਤੀ ਹੈ। ਮੈਂ ਤੇ ਕੇਪੀ ਜੀ ਇਹ ਕਹਾਂਗਾ ਕਿ ਸਿੱਧੂ ਜੀ ਬੜੇ ਸੀਨੀਅਰ ਲੀਡਰ ਨੇ, ਮਿਨਿਸਟਰ ਵੀ ਨੇ, ਪਰ ਥੋੜ੍ਹਾ ਔਰ ਉਹ ਲੀਗਲ ਨਹੀਂ ਸਿਆਣੇ, ਤਾਂ ਚਲੋ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗ ਗਿਆ। ਮੈਂ ਤਾਂ ਇਹ ਵੀ ਕਹਾਂਗਾ ਉਹ ਆਪ ਬੜੇ ਲੀਗਲ ਅਫੇਅਰਸ 'ਚ ਰਹੇ ਨੇ, 15-20 ਸਾਲ ਤੋਂ ਉਹਨਾਂ 'ਤੇ ਕੇਸ ਚੱਲਦਾ ਰਿਹਾ, ਅਤੇ ਘੱਟ ਤੋਂ ਘੱਟ ਥੋੜ੍ਹਾ ਬਹੁਤ ਲੀਗਲ ਮੈਟਰਸ 'ਤੇ ਉਹਨਾਂ ਨੂੰ ਬੈਟਰ ਨੌਲੇਜ ਹੋਣੀ ਚਾਹੀਦੀ ਹੈ। ਜਿਹੜੀ ਆਪਣਾ ਤੁਸੀਂ ਲੋਕ ਸਭਾ ਦਾ ਹੀ ਦੇਖ ਲਓ ਜੀ, ਦੋ ਇਹਨਾਂ ਨੇ ਐੱਮ ਪੀ ਸਸਪੈਂਡ ਕੀਤੇ ਨੇ, ਤੋ ਐੱਮ ਪੀ ਆਮ ਆਦਮੀ ਪਾਰਟੀ ਤੋਂ ਪਰੇ ਨੇ, ਹਰ ਵੋਟ ਉਹ ਆਮ ਆਦਮੀ ਪਾਰਟੀ ਨੂੰ ਪਾਉਂਦੇ, ਕਿਸੇ ਹੋਰ ਨੂੰ ਪਾਉਂਦੇ ਨੇ। ਹੁਣ ਵਿਧਾਨ ਸਭਾ 'ਚ ਜੇ ਵੱਧ ਤੋਂ ਵੱਧ ਇਹਨਾਂ ਨੇ ਸਸਪੈਂਡ ਵੀ ਕਰਤਾ, ਚਾਹੇ ਖਹਿਰਾ ਸਾਹਿਬ ਨੂੰ ਕੀਤਾ, ਚਾਹੇ ਮੈਂ ਕਹਿੰਦਾ 6 ਦੇ 6 ਨੂੰ ਸਸਪੈਂਡ ਕਰਤਾ, ਉਹਦੇ ਬਾਅਦ ਵੀ ਲੀਡਰ ਆਫ ਓਪੋਜੀਸ਼ਨ ਦੀ ਪੋਸਟ ਨੂੰ ਕੋਈ ਖਤਰਾ ਹੈ? ਤੁਸੀਂ ਮੈਨੂੰ ਦੱਸ ਦਿਓ। ਮੇਰੇ ਹਿਸਾਬ ਨਾਲ ਜੋ ਮੇਰੀ ਅੰਡਰਸਟੈਂਡਿੰਗ ਹੈ, ਨਿਲ ਖਤਰਾ ਹੈ, ਕੋਈ ਖਤਰਾ ਨਹੀਂ। ਚੀਮਾ ਜੀ ਰਹਿਣਗੇ, ਸਪੀਕਰ ਸਾਹਿਬ ਨੇ ਮੰਨ ਲਿਆ ਚੀਮਾ ਜੀ ਨੂੰ, ਖਤਰਾ ਪੈਣਾ ਦੇਖੋ ਨਹੀਂ, ਓਬਵੀਅਸਲੀ ਬ੍ਰੇਕ ਹੋਣਾ ਚਾਹੀਦਾ ਨਾ। 6-6 ਹੈ ਸਿੱਧੂ ਜੀ ਨੂੰ ਸਟੇਟਮੈਂਟ, ਸਿੱਧੂ ਜੀ ਨੂੰ ਸਟੇਟਮੈਂਟ ਦੇਣ ਵੇਲੇ ਪਤਾ ਹੋਣਾ ਚਾਹੀਦਾ ਸੀ ਨਾ ਕਿ 6 MLA ਜੇ ਕਾਨਫਰੰਸ ਕਰ ਰਹੇ ਨੇ, ਆਮ ਆਦਮੀ ਪਾਰਟੀ ਕਿੱਦਾਂ ਟੁੱਟੇਗੀ, ਲੀਡਰ ਆਫ ਓਪੋਜੀਸ਼ਨ ਦੀ ਪੋਸਟ ਆਮ ਆਦਮੀ ਪਾਰਟੀ ਤੋਂ ਦੂਰ ਕਿੱਦਾਂ ਜਾਏਗੀ? ਇਹ ਤਾਂ ਹੁਣ ਇੰਨੀ ਕੁ ਨੌਲੇਜ ਤਾਂ ਚਾਹੀਦੀ ਸੀ ਨਾ, ਪਹਿਲ ਕਰ ਦਿੰਦੀ ਪਾਰਟੀ ਫਿਰ ਬ੍ਰੇਕ ਕਰ ਲੈਣੀ। ਗੱਲ ਉਹੀ ਹੈ ਨਾ, ਪਾਸਟ ਰਿਕਾਰਡ ਵੀ ਤਾਂ ਦੇਖ ਲੈਣ ਸਿੱਧੂ ਜੀ, ਐਮ ਪੀਜ਼ ਨੂੰ ਕੀਤਾ ਉਹਨਾਂ ਨੇ ਐਕਸਪੈਲ, ਪੰਜਾਬ ਇਕਾਈ ਦਾ ਬਣੂਗਾ? ਦੇਖੋ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਖੜੀ ਹੈ, ਉਦਾਂ ਹੀ ਖੜੀ ਹੈ, ਅਹੁਦੇਦਾਰ ਤਕਰੀਬਨ 300-350 ਦੇ ਕਰੀਬ ਅਹੁਦੇਦਾਰੀਆਂ ਜਿਹੜੀਆਂ ਲੱਗ ਚੁੱਕੀਆਂ, ਤੇ ਹੋਰ ਅੰਡਰ ਪ੍ਰੋਸੈਸ ਹੈ। ਹੁਣ ਅਸੀਂ ਇੱਕ ਤਰ੍ਹਾਂ ਦੇ ਜਿਹੜੇ ਉੱਥੇ ਗਏ ਆ, ਜਿਹੜੇ ਉੱਥੇ ਗਏ ਅਹੁਦੇਦਾਰ ਉੱਥੇ ਵੀ ਗਏ ਆ ਨਾ ਕੋਈ? ਨਹੀਂ ਉਹ ਹਜੇ ਪਤਾ ਨਾ ਕੀ ਕਰੋਗੇ ਤੁਸੀਂ, ਇੱਕ ਪਾਸੇ ਤਾਂ ਕਹਿ ਰਹੇ ਹੋ ਕਾਰਵਾਈ ਨਹੀਂ ਕਰਨੀ, ਇੱਕ ਪਾਸੇ ਕਹਿ ਰਹੇ ਹੋ ਕਾਰਵਾਈ ਕਰਨੀ ਆ। ਦੇਖੋ ਜਿਹੜੇ ਉੱਥੇ ਗਏ ਨੇ ਉਹਨਾਂ ਨੂੰ ਅੱਜ ਪਤਾ ਲੱਗ ਗਿਆ ਕਿ ਉੱਥੇ ਜੋ ਜੋ ਅਨਾਊਂਸਮੈਂਟ ਹੋਈਆਂ, ਜਿਹੜੇ ਬੰਦੇ ਉੱਥੇ ਖੁਦ ਮੁਖਤਿਆਰੀ ਦੀ ਗੱਲਾਂ ਕਰਦੇ ਸੀਗੇ, ਉਹਨਾਂ ਨੇ ਖੁਦ ਮੁਖਤਿਆਰੀ ਕਰਦੇ ਹੋਏ ਇੱਕ ਚਿੱਠੀ ਦਿਖਾਤੀ ਵੀ ਆਹ ਮਤੇ ਆ, ਜੇ ਅਸੀਂ ਪਾਤੇ ਤੁਸੀਂ ਇਸ 'ਚ ਹਾਂ ਕਰ ਦਿਓ।
अदरवाइज ये कह जा सकते तुसी दसो जी की करना है पब्लिक रिप्रेजेंटेटिव जित के आए हुए खराज नहीं पोस्टा मिली हुई जित के आए हुए भगवंत मान जी मिलन गए थे उस तो बाद मनीष केजरीवाल जी को चले गए चीमा साहब ने दिल्ली की मीटिंग तो बाद जो नए लीडर अपोजिशन बने उन्होंने बाहर प्रेस नूं कहा है भी असीं एक तो पहली गल पता लैण आए सी दूजी गल उन्होंने एक कही भी वो जड़ी कॉन्फ्रेंस हो रही है और ते कोई अहीं एक्शन नहीं लेना क्या उन्होंने क्या ये भी क्लैरिटी कर दो मैं वही क्लैरिफाई कर रहा ना उन्होंने क्या जड़े एमएलए उस कॉन्फ्रेंस च सीगे फिलहाल असीं कहा पार्टी नूं कि उन्हां ते आपां कोई एक्शन नहीं लेना कहिंदे डिस्कस कीता इस चीज़ नूं क्यों क्योंकि असीं नूं उन्हां नाल गल्लबात करके उन्हां नूं डिस्कस करके प्रॉपर उन्हां नूं दोबारा पार्टी दी इक लीक ते लेके आण दी देखो हरेक पार्टी च प्रॉब्लम्स आंदियां हुण कांग्रेस ले लो जो कैप्टन साहब प्रधान बनाया बनाया बाजवा साहब नाराज हो गए थे अज सिद्धू साहब राहुल गांधी जी को गए हुए हैं कि जी अपना कैप्टन साहब तो दुखी है असीं सेम चीजें जिहड़ियां बीजेपी ने बारे में दस्या नहीं गा तुहानू दसता लाइटर मोड भी ले लीजिए जे कांग्रेस नाल गठजोड़ हो गया फिर ये गल्लां करोगे कि नहीं देखो कांग्रेस का गठजोड़ होना नहीं होना वो हजे बिल्कुल जिन्हों कहने हजे सुपना ही है हजे सुपना ही है जो ऑल इंडिया जो गठबंधन होना है उसके विच कांग्रेस इनवॉल्व होंदी है नहीं होंदी है वो कांग्रेस की मर्जी है वो जो महागठबंधन बनना है उसके विच जिहड़ी जिहड़ी पार्टी होणगे अंडरस्टूड है हरेक नाल गठजोड़ होएगा गल करो अज पटाका जिहड़ा पिया है उहदा उहदा उहनूं किवें संभालोगे चलो एक होर छोटा ब्रेक लेना ब्रेक अज गागर थोड़ी फुट गई उस वापस आवांगे जदों भी आम आदमी पार्टी की गल होंदी है तो एनआरआई सैगमेंट की गल जरूर होंदी है अज भी बठिंडा कन्वेंशन दे विच एनआरआई की गल की गई तो यह गल कही गई सुखपाल सिंह खैरा वालों एनआरआई भरावो मैं तुहानू यकीन दवाना कि तीजा फ्रंट है जिहड़ा वो एक नवी सरकार देगा नवा जिहड़ा मुहांदरा पंजाब नूं देगा मैं तुहानू विश्वास दवाना एनआरआई की गल क्यों वार बार होंदी है जदों आम आदमी पार्टी की गल होंदी है उदों ही क्यों होंदी है ब्रेक तो वापस आके पुछांगे जरूर तो बठिंडा कन्वेंशन के 6 मतियां चों दिल्ली आप नूं की समझ आया सतिंदर बैंस जो आम आदमी पार्टी की गल होंदी है एनआरआई सैगमेंट की गल होंदी है अज भी उत्थे कीती गई एनआरआई सैगमेंट की गल प्रवासी भारतीयों का जिक्र क्यों होंदा जो आम आदमी पार्टी का जिक्र होंदा है देखो प्रवासी भारतीय जिवें तुसीं आम असीं चर्चा भी सुनते हैं बहुत बारी इन्हां दे बयान भी आउंदे रहे इलैक्शन तो पहला भी बहुत वड्डा रोल जिहड़ा एनआरआई ने पैदा किया सीगा बेसिक यह सीगा कि एनआरआई की इच्छा सी कि पंजाब दे विच जिहड़ा सिस्टम है गवर्निंग सिस्टम है रूलिंग पार्टी ट्रडिशनल जो इत्थे पंजाब सरकार चला रही है उन्होंने चेंज किया जाए ताकि जिमें वो बाहर जाके देखते हैं कि उत्थे बहुत वधिया अमन कानून है बहुत वधिया सिस्टम है हर बंदे नूं उत्थे इज्जत मान मिलता है पुलिस बहुत वधिया काम करती है किसी दे उत्ते उत्थे चोरियां डाके नहीं होंदे कतलेआम नहीं होंदे सो ये सारिया चीज़ां जिहड़ियां वो चाहते सी पंजाब दे विच इक वधिया जिहड़ा सरकार है वो बन सके उहदे करके उन्होंने एनआरआई ने फंडिंग की देखो एनआरआई का दिल तोड़ता फिर आम आदमी पार्टी ने एनआरआई ने बहुत ज्यादा फंडिंग की है और पार्टी नूं खड़ा करने दे विच उन्हां दा बहुत वड्डा हत्थ है अदरवाइज यह पार्टी खड़ी नहीं होनी जे एनआरआई सपोर्ट ना करते पंजाब दे विचों ही गए हुए लोग ने और पंजाब दे लोकां दे जिहड़े जज्बातां नूं समझदे हुए उन्होंने उन्होंने सिखा के चेंज लियावांगे सुखपाल सिंह खैरा ये 6 विधायकां दे सारे खड़े रहणगे हुण जां एनआरआई दे सारे नहीं नहीं एनआरआई दी मैनूं लगदा बहुत वड्डी सपोर्ट है जिहड़ी खैरे नाल है क्योंकि खैरा जिहड़ा बहुत जुड़िया होया एनआरआई नाल बाहर भी जाके और बहुत सारी यूनिट्स ने यह बयान भी दिते है हालांकि एक बयान दूजे पक्ष का भी आया सीगा कुछ एनआरआई दा पर अनसाइंड स्टेटमेंट जिहड़ी रिलीज होई सीगी इहनां वल्लों कि जिहड़े एनआरआई दा विरोध करदे खैरे दा पर उहदी कोई क्रेडिबिलिटी नहीं हैगी और मैं समझदा जिहड़े एनआरआई है वह ना खैरे नाल ना केजरीवाल नाल वह पंजाब नाल जुड़े हुए है वह चाहुंदे आ कि पंजाब दे वास्ते जिहड़ा काम करे उहदे नाल असीं जुड़ा बहुत वड्डी गल कही है एनआरआई देख भी रहे होणगे उहनां नूं समझ आ जाएगा की उह कर रहे ने
कुलतार सिंह संधवा विधायक जो कोटकपुरे उन्होंने एक अज एक शेयर पाया फेसबुक पोस्ट उन्होंने की है किंगरा साहब तुहाड़े तो सवाल लेना मैं वो कहते भी हम तेरे साथ तेरे जैसा रवैया रखते देने वाले ने मगर ऐसी तबीयत नहीं दी अहमद अशफाक का शेयर है ना मतलब तुम समझ आ रहा मैं कोई इन्ना शेर शायरी च नहीं विश्वास करता हाँ। मतलब हम तेरे साथ तेरे जैसा रवैया रखते देने वाले सी हाँ वो कहता भी स्पेड फॉर स्पेड और कहता ब्लड फॉर ब्लड तू सारे बारे जो बोली जाना अभी तेरे बारे यही बोलते पर सानू परमात्मा ने तेरे जिनी जी तबीयत जी साड़ी थोड़ी जी वो डिफरेंट है तेरे नमाणापन है जी नमाणापन है पर सानू परमात्मा ने तबीयत नहीं दी गई यह वडप्पण भी लिया जा सकता है कमजोरी भी ली जा सकती दोनों गल्ल पर जिहड़े सियाने बंदे वडप्पण मानते हैं नम्रता हमेशा वडप्पण की निशानी होंदी है तरत राजू तोलीए जो निवे सो गौरा हुए पॉलिटिक्स कमजोरी नहीं गिनी जाती बिल्कुल भी पॉलिटिक्स के भी वे वे जो सियासतदान है घाग वो हमेशा नम्रता रखते आपकी कदम बैलेंस नहीं एक गल भी कही जा रही है सोशल मीडिया चर्चा हो रही है कि मोदी साहब की रैली में उन्ना रश नहीं जिन्ना बठिंडे लगता है ये बड़ी बेतुकी जी गल है हाँ अगर वाकई कहते उदो रैली कट किया इतने कट हो देखो ये हम कचहरी जाना चाहिए देखो पंजाब नहीं बाहरले लोकां दी बड़ियां उम्मीदां है मैं बैंस साहब तो बड़ा सहमत है बाहरले लोग पंजाब दे प्रति बड़ा कंसर्न रखते हैं बड़ा लगाव है पंजाब में कोई दो राय नहीं है अगर खैरा साहब कहंदे आ जिद्दां वड्डियां वड्डियां डींगा मार रहे भी बाहर लिया मैनूं बड़ा सपोर्ट है और उन्हां नूं करना चाहिए हो सकता भी वह बहुत वड्डी ताकत बन के उभर और उन्हां नूं एमएलएशिप तो तत्काल रिजाइन करके एक सवाल तुहानूं मैं कर लैंदा तुहानूं बाहर लिया सहयोग है कि नहीं है अकाली दल की समझदा भी सुखपाल सिंह खैरा नूं सम्मन वाली गल लै बैठी रेफरेंडम वाली लै बैठी जिमनी चोण विच परफॉर्मेंस है पार्टी की वह लै बैठी जां एलओपी वचों उन्हां दी जिम्मेवारी है वह लै बैठी देखो जी जिथों तक साडा समझना है सानू तो यह लगता है कि शायद एक जी मैं पहले गल की जी पोलीटिकल ओपरचुनिजम है वह ले बैठा क्योंकि अपना है तो ओपरचुनिस्ट ने और कितने ना कि इन्होंने आप वाले जिहड़े हैगे ने इन्हां नूं पछाण नहीं पाए शुरू जंगवीर मेरा 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 सवाल तुहाडे सवाल ते नाल ही जुड़िया होया हां जी तुसीं गल कह रहे हो भी पॉलिटिकल अपॉर्चुनिस्ट हैगे आ सुखपाल सिंह खैरा तुसीं एक गल पहलां भी की है भी उह कांग्रेस नाल जाणा चाहुंदे सीगे पार्टी नूं पता लग गया हुण फिर गए नहीं जो मौका प्रस्त सी ते हुण कांग्रेस नाल हाथ मिला लैंदे फिर नहीं उह तद हुंदा ना जे कांग्रेस ने ते इन्हां नूं बार-बार इही कहा होणा ना कि तुसीं ब्रेक करो पार्टी ते साडे कोल आओ पार्टी इन्हां दी ब्रेक करन दी कांग्रेस नूं कोई लोड़ नहीं ठत्तरा दे उत्ते करने की है तू तो साडे कोल है पर जंगवीर एदा तो नहीं कि कांग्रेस ब्रेक कर दी ते जफर यूस तू फायदा साडे कोल है इहदा फायदा तो अकाली दल नूं होणा है नहीं 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 ओ फ्रेंडशिप मैच दा भी नाल इल्जाम लगा रहे ने मैं तां पुछया कांग्रेस ब्रेक कर दी ते तुसी जफी पा लंदे नहीं नहीं कांग्रेस नूं लोड सी इन्हां दी और एमएलएस दी क्योंकि कांग्रेस नूं लगदा है भी डेढ़ साल तो हैगा डेढ़ साल जिहड़ा पिछला होया है ये आपां जिहड़ी प्रोमिसेस कीतियां जिहड़े वादे कीते पंजाबियां नूं कोई वादा असीं पूरा कर नहीं सके आपां फेल नहीं आपां फेल हो गए और ये कहंदे भी लोक नहीं लोकसभा दे इलेक्शन आ रहे 7-8 महीने च इन्हां नूं है किते कि इह साडे नाल आ जाणगे शायद सानूं कुछ ओह तां वैसे ही नेशनल लेवल दे लाइंस हो रहे हैं इन्नी गल हरदीप गंगरा इह तुहाडे ते बहुत वड्डा इल्जाम है मर्ज हो सकते हैं किसी पार्टी पार्टी टुटे साड़ी पार्टी के बंदे कदे मोनोलिथ भी टुटे कमलियां गल्लां करिए कांग्रेस इज अ मोनोलिथ
मोनोलिथ नहीं टुटते होंगे कदे, यह फ्रैक्चर जो हाउस है ना आम आदमी पार्टी वर्गे टुटते होंगे जिन्हों का कॉन्गलोमरेट होंगे कॉन्गलोमरेट को थले सुट दो कंपोनेंट बिखर जाते हैं मोनोलिथ तो ऐ चलते हैं जितने डिगते समा उसे टोआ पा देंगे की गल करते हो ਸਾਡੀ ਪਾਰਟੀ ਨੂੰ ਕਾਹਦਾ ਖਤਰਾ ਕਿਸੇ ਗੱਲ ਤੋਂ ਟੁੱਟਦੇ ਨਹੀਂ ਫਿਰ ਸਿਰਫ ਰੁੱਸਦੇ ਰੁੱਸਦੇ ਆ ਉਹ ਰੁੱਸਦੇ ਆ ਨਹੀਂ ਨਹੀਂ ਉਹ ਦੇਖੋ ਦੇਖੋ ਜਿੱਥੇ ਚਾਰ ਭਾਂਡੇ ਹੋਣਗੇ ਉੱਥੇ ਹੀ ਖੜਕਣਗੇ ਜਿੰਨਾ ਕੋਲੇ ਹੈ ਹੀ 16 ਜਾਂ 14 ਉਹਨੇ ਆ ਬੀਜੇਪੀ ਦੇ ਕੀ ਖੜਕਣੇ ਤਿੰਨ ਤਾਂ ਬੰਦੇ ਆ ਠੀਕ ਹੈ ਅੱਛਾ ਜਿਹਦੇ ਭਾਂਡੇ ਟੋਕਰੇ ਛੋੜਗੇ ਉਹੀ ਖੜਕਣਗੇ 75 ਬੰਦੇ ਆ ਤੇ ਖੜਕਾ ਹੋ ਹੀ ਜਾਂਦਾ ਮਾੜਾ ਮੋਟਾ ਕੀ ਕਿਹੜੀ ਗੱਲ ਹੈ ਸਤਵੀਰ ਵਾਲੀਆ ਤੁਹਾਡੇ ਭਾਂਡੇ ਜ਼ਿਆਦਾ ਸਮਾਨ ਆ ਗਏ ਤਾਂ ਖੜਕਣ ਲੱਗ ਪਿਆ ਬਰਦਾਸ਼ਤ ਨਹੀਂ ਹੋਇਆ ਹਜਮ ਨਹੀਂ ਹੋਇਆ ਕਿੰਗਰਾ ਸਾਹਿਬ ਨੇ ਖੁਦ ਹੀ ਐਡਮਿਟ ਕਰ ਲਿਆ ਕਿ ਜਿਹੜੇ ਜਿੱਥੇ ਚਾਰ ਭਾਂਡੇ ਹੁੰਦੇ ਖੜਕਦੇ ਹੀ ਆ ਕਿੰਗਰਾ ਸਾਹਿਬ ਸਾਡੇ ਵੀ ਭਾਂਡੇ ਆਏ ਚਾਰ ਆ ਤਾਂ ਖੜਕੀ ਜਾਂਦੇ ਆ ਥੋੜੇ ਅੱਜ ਕਈ ਕਾਸੀ ਦੇ ਕਈ ਕੱਚ ਦੇ ਆ ਉਹ ਟੁੱਟਣਾ ਜਾਣ ਖੜਕਾਇਓ ਘੱਟ ਤਾਂ ਕਰਕੇ ਖੜਕੀ ਜਾਂਦੇ ਆ ਮੈਂ ਤਾਂ ਕਹਿੰਦਾ ਖੜਕਾਇਓ ਘੱਟ ਇਹੋ ਜੀ ਗੱਲ ਨਹੀਂ ਅੱਗੇ ਕਾਸੀ ਦੇ ਅੱਗੇ ਕੱਚ ਦੇ ਹਮੇਸ਼ਾ ਅੱਗੇ ਕਿੰਗਰਾ ਸਾਹਿਬ ਨੂੰ ਖੜਕਾਤਾ ਤੁਸੀਂ ਅੱਛਾ ਚਲੋ ਠੀਕ ਹੈ ਜੇ ਸਹੀ ਖੜਕਾਇਆ ਲਾਈਟਰ ਮੋਰ ਤੁਹਾਡੀ ਗੱਲ ਕਰ ਰਹੇ ਮੈਂ ਨਹੀਂ ਖੜਕਾਇਆ ਮੈਂ ਇਹਨਾਂ ਨੂੰ ਖੜਕਾਇਆ ਸੀ ਤਸਵੀਰ ਵਾਲੀਆ ਮੇਰੇ ਸਵਾਲ ਦਾ ਜਵਾਬ ਤੁਸੀਂ ਮੈਂ ਇਹਨਾਂ ਨੂੰ ਖੜਕਾਇਆ ਸੀ ਖੈਰਾਂ ਨੇ ਗੱਲ ਕਹੀ ਹੈ ਸੂਬੇਦਾਰ ਜਿਹੜੇ ਦੋ ਸੂਬੇਦਾਰ ਆ ਦਿੱਲੀ ਦੇ ਵਿੱਚ ਉਹ ਹੁਣ ਵੀ ਬੈਕ ਡੋਰ ਤੇ ਉਹੀ ਚਲਾ ਰਹੇ ਸਭ ਕੁਝ ਉਹਦਾ ਜਵਾਬ ਦਿਓ ਤੁਸੀਂ ਸਤਵੀਰ ਵਾਲੀਆ ਕਿੱਥੇ ਇਨਵੋਲਵਮੈਂਟ ਹੈ ਉਹਨਾਂ ਨੇ ਕਿਹਾ ਸੁਖਪਾਲ ਸਿੰਘ ਖੈਰਾ ਨੇ ਸੁਖਪਾਲ ਖੈਰਾ ਨੇ ਇਲਜ਼ਾਮ ਲਾਇਆ ਦੋ ਸੂਬੇਦਾਰ ਜਿਨ੍ਹਾਂ ਨੂੰ ਤੁਸੀਂ ਇੱਥੇ ਜ਼ਿੰਮੇਵਾਰੀ ਲਾਈ ਸੀ ਇਲੈਕਸ਼ਨਸ ਵੇਲੇ ਉਹਨਾਂ ਨੂੰ ਵਾਪਸ ਭੇਜਿਆ ਹੁਣ ਉਹੀ ਕੰਮ ਕਰਦੇ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਜਿਹੜੇ ਪ੍ਰਭਾਰੀ ਨੇ ਉਹ ਮਨੀਸ਼ ਸ਼ੋਦਿਆ ਜੀ ਨੇ ਤੇ ਪੰਜਾਬ ਦੀ ਟੀਮ ਜਿਹੜੀ ਆਰਗੇਨਾਈਜੇਸ਼ਨ ਟੀਮ ਬਣੀ ਹੋਈ ਉਹ ਪਾਰਟੀ ਨੂੰ ਚਲਾ ਰਹੀ ਹੈ ਜੇ ਕੋਈ ਮੇਜਰ ਐਡਵਾਈਸ ਲੈਣੀ ਹੋਵੇ ਤਾਂ ਮਨੀਸ਼ ਸ਼ੋਦਿਆ ਜੀ ਨਾਲ ਕੰਸਲਟ ਕੀਤਾ ਜਾਂਦਾ ਹੈ ਇਹ ਬਿਲਕੁਲ ਜਿਹੜੀ ਇਹ ਪਾੜ ਪਾਣ ਦੀ ਗਲਤ ਫਹਿਮੀ ਪੈਦਾ ਕਰਨ ਦੀ ਜਿਹੜੀ ਜਿਵੇਂ ਤੁਸੀਂ ਕਿਹਾ ਕਿ ਇੱਕ ਚਲਾਕ ਪੋਲੀਟੀਸ਼ੀਅਨ ਵਾਂਗੂ ਜਿਹੜੀ ਗਲਤ ਫਹਿਮੀ ਦੇਖੋ ਨਹੀਂ ਕੰਪਲੀਟ ਤਾਂ ਕਰਨੀ ਕੰਪਲੀਟ ਇੱਕ ਸੈਕਿੰਡ ਮੈਂ ਲੈ ਲਾਂ ਕਿ ਨਹੀਂ ਚਲਾਕ ਦੁਰਗੇਸ਼ ਪਾਠਕ ਤੇ ਆਪਣਾ ਸੰਜੇ ਸਿੰਘ ਦੋਨੋਂ ਮੀਟਿੰਗ 'ਚ ਸੀਗੇ ਤੁਸੀਂ ਕਹਿ ਰਹੇ ਹੋ ਅਸੀਂ ਸਿਰਫ ਸਸੋਦੀਆ ਜੀ ਨੂੰ ਇੰਪੋਰਟੈਂਟ ਸੀ ਮੈਨੂੰ ਬੋਲ ਤਾਂ ਲੈਣ ਦੋ ਉਹ ਮੀਟਿੰਗ 'ਚ ਭਜਾਇਆ ਉਹ ਤਾਂ ਫੂਲਕਾ ਨੇ ਭਜਾਇਆ ਇਹਨਾਂ ਨੂੰ ਦੇ ਲੋ 5 ਰੁਪਏ ਦੋ 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 ਦਵਾ ਨਹੀਂ ਉਹ ਫੂਲਕਾ ਨੇ ਭਜਾਇਆ ਉਹ ਦੁਰਗੇਸ਼ ਪਾਠਕ ਸੀਗਾ ਉੱਥੇ ਬੋਲੋ ਜੀ ਬੋਲੋ ਬੋਲੋ ਕਿੰਗਰਾ ਸਾਹਿਬ ਨੂੰ ਹਜੇ ਵੀ ਅਪਡੇਟ ਆਮ ਆਦਮੀ ਪਾਰਟੀ ਰੱਖਦੇ ਆ ਬੋਲੋ ਸੁਧੀਰ ਵਾਲੀਆ ਬੋਲੋ ਬੋਲੋ ਦੇਖੋ ਜਿਹੜੀ ਸੰਜੇ ਸਿੰਘ ਜੀ ਦੀ ਫੋਟੋ ਉੱਥੇ ਆਈ ਹੈ ਉਹ ਆਪਣਾ ਸ਼ਹੀਦ ਉਧਮ ਸਿੰਘ ਜੀ ਦੀ ਫੋਟੋ ਜਿਹੜੀ ਉਹ ਬਾਈ ਚਾਂਸ ਉੱਥੇ ਸੀਗੇ ਸੀਐਮ ਹਾਊਸ 'ਚ ਤੇ ਜਿਹੜੀ ਸ਼ਹੀਦ ਉਧਮ ਸਿੰਘ ਜੀ ਦੀ ਫੋਟੋ ਪੇਂਟ ਕੀਤੀ ਪੰਜਾਬ ਟੀਮ ਨੇ ਤੇ ਉਸ ਟਾਈਮ ਉੱਥੇ ਸੀਗੇ ਤੇ ਉਹ ਵੀ ਉੱਥੇ ਪ੍ਰੈਜੈਂਟ ਹੋ ਗਏ ਜਿਹੜੀ ਸਭ ਮੀਟਿੰਗ ਦੀ ਫੋਟੋਜ਼ ਆਈਆਂ ਮੀਟਿੰਗ ਦੀ ਫੋਟੋ ਜੇ ਕਿਤੇ ਸੰਜੇ ਸਿੰਘ ਸੀਗਾ ਕੱਢਦਾ ਸੀ ਨਾ ਉਦੋਂ ਫਿਰ ਮੀਟਿੰਗ ਫੋਟੋ ਚਲੋ ਇਹ ਤਾਂ ਤੁਹਾਡੀ ਉਹ ਗੱਲ ਹੈ ਵੀ ਚਿੱਤ ਵੀ ਮੇਰਾ ਪੱਟ ਵੀ ਮੇਰੀ ਉਹਨਾਂ ਨੇ ਮਤਲਬ ਜੋ ਅਸੀਂ ਕਹਿ ਰਹੇ ਸਹੀ ਹੈ ਇੱਕ ਮਿੰਟ ਹੋ ਗਿਆ ਬਾਕੀ ਸਾਰਾ ਗਲਤ ਹੈ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਜਿਹੜੀ ਕਮਾਨ ਹੈ ਉਹ ਕੌਣ ਚਲਾ ਰਿਹਾ ਪੰਜਾਬ ਨੂੰ ਮਨੀਸ਼ ਸ਼ੋਦੀਆ ਜੀ ਕੱਲੇ ਮਨੀਸ਼ ਸ਼ੋਦੀਆ ਚਲੋ ਠੀਕ ਹੈ ਉਹ ਸੂਬੇਦਾਰ ਨਹੀਂ ਉਹ ਸੂਬੇਦਾਰ ਨਹੀਂ ਹੈ ਅੱਛਾ ਠੀਕ ਹੈ ਸੂਬੇਦਾਰ ਤਾਂ ਅੱਜ ਤੁਹਾਡੇ ਸਾਹਮਣੇ ਦੇਖ ਲਿਆ ਜਿਨ੍ਹਾਂ ਨੇ ਖੁਦ ਮੁਖਤਿਆਰੀ ਲੈ ਕੇ ਕਹਿੰਦੇ ਆ 7 MLA ਔਰ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕਰਿਆ ਇਹ ਸਾਰਾ ਹੁਣ ਪੰਜਾਬ ਚਲਾਣਗੇ ਮਤਲਬ ਖੁਦ ਮੁਖਤਿਆਰੀ ਆਪੇ ਦੇ ਲਈ ਆਪੇ ਲੈ ਲਈ ਸਤਿੰਦਰ ਬੈਂਸ ਪੰਜਾਬ ਵਾਲੇ ਜਾਣਗੇ ਤਾਂ ਲੈਣਗੇ ਸਤਿੰਦਰ ਬੈਂਸ ਸਵਾਲ ਇਹ ਹੈਗਾ ਲਾਸਟ 13 MLA ਪਤਾ ਨਹੀਂ ਕਿੱਥੇ ਗਏ ਬਾਕੀ ਅਹੁਦੇਦਾਰ ਕਿੱਥੇ ਗਏ ਬਠਿੰਡਾ ਕਨਵੈਨਸ਼ਨ ਦੇ 6 ਮਤੇ ਉੱਥੇ ਪਾਏ ਗਏ ਇਹਨਾਂ ਵਿੱਚੋਂ ਦਿੱਲੀ ਨੂੰ ਕੋਈ ਮਤਾ ਸਮਝ ਆਊਗਾ 13 ਤਰੀਕ ਨੂੰ ਮਨੀਸ਼ ਸਿਸੋਦੀਆ ਨੇ ਵੀ ਇੱਥੇ ਆਉਣਾ ਉਹ ਪਹਿਲਾਂ ਹੀ ਮੀਟਿੰਗ ਮਿੱਥੀ ਹੋਈ ਹੈ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਉਹਦੇ ਬਾਰੇ ਰੂਪਰੇਖਾ ਤਿਆਰ ਕਰਨੀ ਸੀ ਮੈਂ ਤਾਂ ਉਹ ਰੂਪਰੇਖਾ ਦੀ ਬਜਾਏ ਹੁਣ ਸਿਰਫ ਇਹ ਰੂਪਰੇਖਾ ਤੇ ਗੱਲ ਹੋਵੇਗੀ ਦੇਖੋ ਇਹ ਜਿਹੜੀ ਕਨਵੈਨਸ਼ਨ ਹੈ ਇੱਕ ਬਹੁਤ ਵੱਡਾ ਪ੍ਰੈਸ਼ਰ ਜਿਹੜਾ ਸੈਂਟਰ ਹਾਈ ਕਮਾਂਡ ਦੇ ਉੱਤੇ ਬਣਿਆ ਇਹਦੇ ਨਾਲ ਉਹ ਹੁਣ ਅੱਗੇ ਕੀ ਡਿਸੀਜਨ ਲੈਂਦੇ ਆ ਜਿਵੇਂ ਖੈਰਾ ਸਾਹਿਬ ਨੇ ਤਾਂ ਕਹਿਤਾ ਕਿ ਉਹ ਦੁਬਾਰਾ ਵਾਪਸ ਉਹ ਨਹੀਂ ਉਹ ਅਹੁਦਾ ਲੈਣਗੇ ਪਰ ਇਹ ਜ਼ਰੂਰ ਹੋ ਸਕਦਾ ਕਿ ਜਿਹੜਾ ਉਹ ਕਿਸੇ ਹੋਰ ਨੂੰ ਥਰਡ ਬੰਦੇ ਨੂੰ ਬਣਾਤਾ ਜਾਵੇ ਕੋਈ ਇੱਦਾਂ ਦੇ ਕੋਈ ਐਗਰੀਮੈਂਟ ਹੋ ਸਕਦਾ ਪਰ ਜਿਹੜੀ ਗੱਲ ਮੈਂ ਕਹੂੰਗਾ ਜੀ ਕਮਰ ਸੰਧੂ ਨੇ ਉੱਥੇ ਬਹੁਤ ਵੈਲਿਡ ਪੁਆਇੰਟ ਚੁੱਕੇ ਸੀ ਤਿੰਨ ਜਿਹੜੇ ਇੰਟਰਫੇਰੈਂਸ ਜਿਵੇਂ ਆਪਾਂ ਦੁਰਗੇਸ਼ ਪਾਠਕ ਦੀ ਸੰਜੇ ਸਿੰਘ ਦੀ ਗੱਲ ਕਰ ਰਹੇ ਹਾਂ ਉਹਨੇ ਉੱਥੇ ਕਿਹਾ ਸੀਗਾ ਕਿ ਉਦੋਂ ਵੀ ਜੇ ਪੰਜਾਬ ਯੂਨਿਟ ਦੇ ਕੋਲ ਆਪਣੀ ਖੁਦਮੁਖਤਿਆਰੀ ਹੁੰਦੀ ਉਦੋਂ ਅਸੀਂ ਪੰਜਾਬ ਦੀ ਇਲੈਕਸ਼ਨ ਜਿੱਤੇ ਬੈਠੇ ਸੀ ਇਹਨਾਂ ਨੇ ਦੋਹਾਂ ਲੀਡਰਾਂ ਨੇ ਇੱਥੇ ਆ ਕੇ ਪੈਸੇ ਲਏ ਟਿਕਟਾਂ ਲਾਟ ਕੀਤੀਆਂ ਔਰ ਗਲਤ ਟਿਕਟਾਂ ਦੀ ਅਲਾਟਮੈਂਟ ਜਿਹੜੀ ਹੋਈ ਹੈ ਇਹ ਪਹਿਲੀ ਵਾਰੀ ਇਲਜ਼ਾਮ ਮੈਂ ਕਹਿਣ ਲੱਗਾ ਸੀ ਅੱਜ ਖੈਰੇ ਨੇ ਤੇ ਦੋਨਾਂ ਨੇ ਇਲਜ਼ਾਮ ਲਾਇਆ ਕਿ ਟਿਕਟਾਂ ਦੇ ਪੈਸੇ ਪਹਿਲੀ ਵਾਰੀ ਇਹ ਕਿਹਾ ਔਰ ਉਹ ਕਹਿ ਕੇ ਪਾਰਟੀ ਦੇ ਆਪਦੇ ਬੰਦਿਆਂ ਨੇ ਇਲਜ਼ਾਮ ਲਾਇਆ ਅਲਾਟਮੈਂਟ ਹੋਈ ਹੈ ਪੈਸੇ ਖਾਦੇ ਗਏ ਉਦੋਂ ਔਰ ਇਹ ਐਲੀਗੇਸ਼ਨ ਉਦੋਂ ਇਹ ਪਾਰਟੀਆਂ ਦੋਨੋਂ ਅਕਾਲੀ ਦਲ ਵਾਲੇ ਵੀ ਲਾਉਂਦੇ ਰਹੇ ਅਸੀਂ ਲਾਉਂਦੇ ਰਹੇ ਇਹ ਮੰਨਦੇ ਨਹੀਂ ਸੀ ਖੈਰੇ ਹੋਣੀ ਔਰ ਇਹ ਬਹੁਤ ਵੱਡਾ ਹਾਰ ਦਾ ਕਾਰਨ ਬਣਿਆ ਅੱਜ ਖੈਰੇ ਨਹੀਂ ਲਾਇਆ ਤੇ ਕਮਰ ਸੰਧੂ ਨੇ ਵੀ ਲਾਇਆ ਕਮਰ ਸੰਧੂ ਨੇ ਇਹ ਕਿਹਾ ਕਿ ਸਾਡਾ ਅੱਜ ਵੀ ਮਕਸਦ ਇਹੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅਸੀਂ ਕਰਨਾ ਚਾਹੁੰਦੇ ਸਾਨੂੰ ਕਰਨ ਦਿੱਤਾ ਜਾਵੇ ਸਾਨੂੰ ਕਰਨ ਨਹੀਂ ਸਤਵੀਰ ਵਾਲੀਆ ਇਹ ਕਾਰਨ ਸਤਵੀਰ ਵਾਲੀਆ ਐਡੇ ਵੱਡੇ ਇਲਜ਼ਾਮ ਲੱਗੇ ਹਜੇ ਵੀ ਹਰਪਾਲ ਚੀਮਾ ਉੱਥੇ ਗੱਲ ਕਹਿਣ ਕਿ ਕਾਰਵਾਈ ਨਹੀਂ ਕਰਾਂਗੇ ਦੇਖੋ ਫਿਰ ਤਾਂ ਤੁਸੀਂ ਡਰ ਗਏ ਇਹਨਾਂ ਤੋਂ ਸਭ ਤੋਂ ਪਹਿਲਾਂ ਸਤਪਾਲ ਸਿੰਘ ਖਹਿਰਾ ਨੇ ਡਰਾਤੀ ਆਮ ਆਦਮੀ ਪਾਰਟੀ ਦਿੱਲੀ ਵਾਲੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੀ ਗੱਲ ਦਾ
ਕਮਰ ਸੰਧੂ ਜੀ ਨੇ ਕਿੰਨੇ ਪੈਸੇ ਦਿੱਤੇ ਸੀਗੇ, ਉਹਨਾਂ ਨੇ ਕਿਹੜਾ ਖਰੜ ਚ ਕੰਮ ਕੀਤਾ ਸੀ ਜਿਹੜੀ ਖਰੜ ਟਿਕਟ ਮਿਲੀ ਆ? ਖਰੜ ਹੋਰ ਵੀ ਕੰਪੀਟੈਂਟ ਲੋਕ ਸੀਗੇ, ਲੋਕਾਂ ਨੇ ਫਲੋਰ ਵਾਲੇ ਖਰੜ ਹੋਰ ਵੀ ਕੰਪੀਟੈਂਟ ਲੋਕ ਸੀਗੇ ਨਹੀਂ ਮਿਲੀ ਉਹਨੇ ਦੋ ਤੁਸੀਂ ਆਪਣੀ ਫਿਨਾਲੀ ਮੇਰੀ ਤਾਂ ਸੁਣ ਲਓ, ਹੋਰ ਕਿੰਨੇ ਕੰਪੀਟੈਂਟ ਲੋਕ ਸੀਗੇ ਖਰੜ ਚ ਜਿਹੜੇ ਉਹਨੂੰ ਖੜੇ ਖਰੜ ਹਲਕਾ ਟਿਕਟ ਮਿਲ ਗਈ? ਨਾਮ ਦੱਸ ਦੋ ਖਰੜ ਹਲਕਾ ਅੱਜ ਕਮਰ ਸੰਧੂ ਜੀ ਨੂੰ ਤਰਸ ਰਿਹਾ, ਉੱਥੇ ਜਾਣ ਨੂੰ ਤਿਆਰ ਨਹੀਂ ਉਹ? ਤੇ ਅੱਜ ਤੁਸੀਂ ਬੋਲਦੇ ਮੈਂ ਪਹਿਲਾਂ ਕਮਰ ਸੰਧੂ ਤੇ ਐਕਸ਼ਨ ਕਿਉਂ ਨਹੀਂ ਕੀਤਾ? ਫਿਰ ਤੁਸੀਂ ਜੇ ਖਰੜ ਹਲਕਾ ਤਾਂ ਇਹਦਾ ਮਤਲਬ ਤੁਹਾਨੂੰ ਪਤਾ ਸੀ ਸਭ ਕੋਈ, ਤੁਸੀਂ ਪੰਜਾਬੀਆਂ ਨੂੰ ਬੇਵਕੂਫ ਬਣਾਉਂਦੇ ਰਹੇ, ਇਹਦਾ ਮਤਲਬ ਇਹੀ ਹੈ, ਤੁਹਾਨੂੰ ਪਤਾ ਸੀ ਤੁਹਾਡੇ ਵਿਧਾਇਕ ਕੀ ਕਰਦੇ ਪਏ ਆ? ਇਹਦਾ ਮਤਲਬ ਇਹ ਸੀਗਾ ਪਾਰਟੀ ਵਿਧਾਇਕ ਤੁਹਾਡੇ ਸਾਹਮਣੇ ਕਰ ਰਹੇ ਜੋ ਕਰ ਰਹੇ ਆ ਵੀਰ, ਅੱਜ ਅੱਖੜੇ ਕਰਦੇ ਚਲੋ, ਇਹ ਚੱਕਰ ਨਹੀਂ ਹੋਇਆ ਤੁਹਾਡੇ ਸਾਹਮਣੇ ਹੈ, ਹੁਣ ਬਹੁਤ ਚੀਜ਼ਾਂ ਬਾਹਰ ਆ ਰਹੀਆਂ, ਹੁਣ ਬਹੁਤ ਚੀਜ਼ਾਂ ਬਾਹਰ ਆ ਰਹੀਆਂ, ਪੈਸਿਆਂ ਦੇ ਲੈਣ ਦੇਣ ਦੇ ਇਲਜ਼ਾਮ ਵੀ ਲੱਗ ਰਹੇ ਆ, ਅੱਜ ਅੱਖੜੇ ਕਰਦੇ ਤੂੰ, ਚੰਗੀ ਗੱਲ ਹੈ ਵੀਰ, ਅੱਖੜੇ ਨਹੀਂ ਕਰਦਾ ਪਿਆ ਸੀ, ਸਵਾਲ ਇਹ ਮੇਰੇ ਕੋਲ ਤੇ ਨਹੀਂ ਆ, ਇਹ ਮੇਰਾ ਟਿਕਟ ਟਾਈਮ ਨਹੀਂ ਆਦਾ, ਇੱਕ ਮਿੰਟ ਟਾਈਮ ਵਾਲੇ ਸਾਹਿਬ ਗੱਲ ਮੈਂ ਹੋਰ ਕਰਨੀ ਆ, ਗੱਲ ਇਹ ਆ ਕਿ ਜੋ ਅਸੈਂਬਲੀ ਇਲੈਕਸ਼ਨ ਤੋਂ ਮੈਨੂੰ ਯਾਦ ਹੈ ਸੁਖਪਾਲ ਸਿੰਘ ਖਹਿਰਾ ਨੇ ਔਰ ਇਹਨਾਂ ਦੇ ਜਿਹੜੇ ਗੁਰਪ੍ਰੀਤ ਘੁੱਗੀ ਨੇ ਸੈਂਟਰ ਕਮਾਂਡ ਨੂੰ ਕਿਹਾ ਸੀਗਾ ਕਿ ਸਾਨੂੰ ਆਪਣਾ ਅਕਾਊਂਟ ਖੋਲਣ ਦਿੱਤਾ ਜਾਵੇ ਤਾਂ ਕਿ ਜਿਹੜਾ ਪੈਸਾ NRI ਸਾਡੇ ਕੋਲ ਆਵੇ, ਅਸੀਂ ਕਿਹਾ ਸੀ ਜਿਹੜਾ NRI ਦਾ ਪੈਸਾ ਸਾਰਾ ਦਿੱਲੀ ਅਕਾਊਂਟ ਚ ਆਉਂਦਾ ਇਹਨਾਂ ਨੂੰ ਚੇਲਾ ਨਹੀਂ ਦਿੰਦੇ, ਇਸ ਕਰਕੇ ਜਿਹੜੀ ਪੰਜਾਬ ਤੁਹਾਨੂੰ ਜੋ ਪੈਸਾ ਆਇਆ ਸੀਗਾ ਉਹ ਹਰੇਕ ਕੈਂਡੀਡੇਟ ਨੂੰ ਟ੍ਰਾਂਸਫਰ ਹੋਇਆ, ਮੈਂ ਖੁਦ ਕੰਪੇਨ ਇੰਚਾਰਜ ਸੀਗਾ, ਬਹੁਤ ਧੰਨਵਾਦ ਸਤਿਗੁਰੂ ਵਾਲੀ ਤੁਹਾਡਾ, ਕੇਂਗਰਾ ਸਾਹਿਬ ਤੁਹਾਡਾ, ਜਗਵੀਰ ਸਿੰਘ ਤੁਹਾਡਾ, ਮਲਵ ਸਿੰਘ ਕੰਗ ਤੁਹਾਡਾ, ਸੁੰਦਰ ਸਿੰਘ ਤੁਹਾਡਾ, ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਆਮ ਆਦਮੀ ਪਾਰਟੀ ਦਾ ਵੀ ਧੰਨਵਾਦ ਐਂਟਰਟੇਨ ਕਰਨ ਵਾਸਤੇ ਵਿਖੜਿਆ ਤੇ ਗੱਲਬਾਤ ਕਿੱਥੇ ਜਾ ਕੇ ਸਿਮਟੇਗੀ, ਸਵਾਲ ਬਹੁਤ ਸਾਰੇ ਹੈਗੇ, ਸੁਖਪਾਲ ਸਿੰਘ ਖਹਿਰਾ ਦਾ ਭਵਿੱਖ ਕੀ ਹੈ, ਸੁਖਪਾਲ ਸਿੰਘ ਖਹਿਰਾ ਦੇ ਨਾਲ ਜਿਹੜੇ ਵਿਧਾਇਕ ਜੁੜੇ ਉਹਨਾਂ ਦਾ ਭਵਿੱਖ ਕੀ ਹੈ ਤੇ ਜਿਹੜੇ ਉੱਥੇ ਸ਼ਾਮਲ ਹੋਏ ਆ ਵਲੰਟੀਅਰ ਉਹਨਾਂ ਦਾ ਭਵਿੱਖ ਕੀ ਹੈ, ਸਵਾਲ ਬਹੁਤ ਸਾਰੇ ਆ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਜਿਨ੍ਹਾਂ ਨੇ ਪਾਰਟੀ ਛੱਡੀ ਹੈ ਉਹਨਾਂ ਦਾ ਜਿਹੜਾ ਕੱਦ ਹੈ ਜਿਹੜਾ ਉਸ ਤੋਂ ਬਾਅਦ ਅੱਗੇ ਨਹੀਂ ਵੱਧ ਸਕਿਆ, ਬਹੁਤ ਘੱਟ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਜਿਨ੍ਹਾਂ ਨੇ ਉਸ ਤੋਂ ਬਾਅਦ ਵਾਪਸੀ ਕੀਤੀ ਹੈ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ, ਅਤੇ ਉਹ ਉਦਾਹਰਨਾਂ ਖਤਮ ਹੋਣਗੀਆਂ ਜਾਂ ਉਦਾਹਰਨਾਂ ਵਿੱਚ ਵਾਧਾ ਹੋਵੇਗਾ? ਬਹੁਤ ਸਾਰੇ ਸਵਾਲ ਹੈ। ਸੁਖਪਾਲ ਸਿੰਘ ਖਹਿਰਾ ਦੀ ਇਹ ਬਠਿੰਡਾ ਕਨਵੈਨਸ਼ਨ, ਦਿੱਲੀ ਤੱਕ ਟੈਂਸ਼ਨ, ਹੁਣ ਸਵਾਲ ਇਹ ਹੈ ਕਿ ਇਹ ਖਿਲਾਰਾ ਜਿਹੜਾ ਸਿਮਟੇਗਾ ਕਿਹੜਾ? ਬਹੁਤ ਧੰਨਵਾਦ।